ਸ਼ਮਾਦਾਨ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਮਾਫੀ ਚਾਹੁੰਦੇ ਕੁਝ ਤਕਨੀਕੀ ਕਾਰਨਾਂ ਕਰਕੇ ਥੋੜਾ ਜਿਹਾ ਬ੍ਰੇਕ ਲੰਮੀ ਹੋ ਗਈ ਤੇ ਮੈਂ ਸਵਰਨ ਸਿੰਘ ਦਾਨੇ ਲਿਆ ਤੁਹਾਡੇ ਨਾਲ ਇਸ ਵਕਤ ਆਪਣੇ ਅਮਰੀਕਾ ਦੀ ਧਰਤੀ ਤੇ ਆ ਜੀ। ਤੇ ਤੁਸੀਂ ਜੇਕਰ ਮੈਨੂੰ ਅੱਜ ਮਿਲਣਾ ਚਾਹੁੰਦੇ ਹੋ ਤਾਂ ਤੁਸੀਂ ਗੁਰਦੁਆਰਾ ਸਾਹਿਬ ਸਿੱਖ ਸਾਧ ਸੰਗਤ 45 ਹਿਲਟਨ ਸਟਰੀਟ ਐਸਟਨ ਦੇ ਵਿੱਚ PA 18042 ਦੇ ਉੱਤੇ ਸ਼ਾਮ ਨੂੰ 4 ਵਜੇ ਆਪਾਂ ਮਿਲ ਸਕਦੇ ਹਾਂ। ਮੇਰਾ ਨੰਬਰ 6612180098 ਹੈ ਜੀ। ਤੇ ਕੱਲ ਨੂੰ ਆਪਾਂ ਯਾਨੀ ਕਿ ਸੈਟਰਡੇ ਨੂੰ ਜਿਹੜਾ ਉੱਥੇ ਮਿਲਾਂਗੇ ਤੁਹਾਡੇ ਨਾਲ ਨਿਊਯਾਰਕ ਦੇ ਵਿੱਚ ਲੌਂਗ ਆਈਲੈਂਡ ਦੇ ਵਿੱਚ। ਸੋ ਆਪਾਂ ਗੱਲਬਾਤ ਤੋਰਦੇ ਹਾਂ। ਸ਼ਵਿੰਦਰ ਜੀ ਮੇਰੇ ਨਾਲ ਹੈ। ਸ਼ਵਿੰਦਰ ਜੀ ਸਤਿ ਸ੍ਰੀ ਅਕਾਲ। ਅੱਛਾ, ਸਭ ਤੋਂ ਪਹਿਲਾਂ ਜੀ ਬੜੀ ਨਿਗਾਹ ਟਿੱਕੀ ਹੋਈ ਆ, ਬਿਆਨ ਬੜੇ ਗਰਮ ਸ਼ਰਮ ਆ ਰਹੇ ਨੇ ਸੰਗਰੂਰ। ਕਿਹੜੀ ਕਿਹਦਾ ਪਲੜਾ ਭਾਰੀ ਰਹਿ ਸਕਦਾ? ਅਕਾਲੀ ਦਲ ਦੇ ਨੇਤਾਵਾਂ ਦੇ ਬਾਦਲ ਪਰਿਵਾਰ ਦੇ ਪੋਸਟਰਾਂ ਚੋਂ ਤਸਵੀਰਾਂ ਗਾਇਬ ਨੇ। ਕਾਂਗਰਸ ਦੀ ਸਥਿਤੀ ਕੀ ਹੈ? ਕਿਉਂਕਿ ਦੋਨੇ ਕਾਂਗਰਸੀ ਜਿਹੜੇ ਨੇ ਉਹ ਵੀ ਬਰਨਾਲੇ ਦੇ, ਜੇਕਰ ਗੱਲ ਕਰੀਏ ਇੱਕ ਧੂਰੀ ਤੋਂ ਤੇ ਇੱਕ ਬਰਨਾਲੇ ਤੋਂ ਜਿਹੜੇ ਨੇ ਉਹ ਆਪਣੇ ਇੱਕ BJP ਤੋਂ ਲੜ ਰਹੇ ਨੇ ਕੇਵਲ ਸਿੰਘ ਢਿੱਲੋਂ। ਗੋਲਡੀ ਜਿਹੜਾ ਜੀ ਉਹ ਕਾਂਗਰਸ ਵੱਲੋਂ ਹੈ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ, ਤੇ ਨਾਲ ਫਿਰ ਆਮ ਆਦਮੀ ਪਾਰਟੀ ਜਿਹੜੀ ਸਾਡੀ ਸੱਤਾ ਦੇ ਵਿੱਚ ਹੈ। ਪੂਰਾ ਮਾਹੌਲ ਗਰਮ ਹੋਇਆ ਪਿਆ, ਬਿਆਨਬਾਜ਼ੀ ਵੀ ਹੋ ਰਹੀ ਹੈ। ਭਗਵੰਤ ਸਿੰਘ ਮਾਨ ਦੀ ਵੀ ਤਕਰੀਰ ਜਿਹੜੀ ਉਹ ਪਹਿਲਾਂ ਵਾਲੀ ਨਹੀਂ ਨਜ਼ਰ ਆ ਰਹੀ, ਹੁਣ ਇਹਦੇ ਚ ਵੀ ਕਾਫੀ ਤਲਖ ਕਲਾਮੀ ਵਾਲੀਆਂ ਗੱਲਾਂ ਜਿਹੜੀਆਂ ਆ ਰਹੀਆਂ ਨੇ, ਤੇਵਰ ਬੜੇ ਤਿੱਖੇ ਨਜ਼ਰ ਆ ਰਹੇ ਨੇ। ਕੀ ਦਨਵਰ ਜੀ ਸਾਹਿਬ, ਮਸਲਾ ਇਹ ਵੇ ਕਿ ਮੈਂ ਇਹਨੂੰ ਸਿਰਫ ਇਸ ਤੱਕ ਮਹਦੂਦ ਕਰਕੇ ਦੇਖਣਾ ਨਹੀਂ ਹੈਗਾ ਸੰਗਰੂਰ ਦੀ ਜ਼ਿਮਨੀ ਚੋਣ ਨੂੰ ਕਿ ਕਿਹੜਾ ਜਿੱਤ ਜੂ ਕਿਹੜਾ ਹਾਰ ਜੂ, ਕਿਉਂਕਿ ਇਹਦੇ ਲੇਕਿਨ ਪੰਜਾਬ ਦੀ ਅਗਲੀ ਸਿਆਸਤ ਕਿਹੜਾ ਮੋੜਾ ਕੱਟੇਗੀ, ਜਾਂ ਫਿਰ ਬਹੁਤ ਸਾਰੀਆਂ ਸ਼ਕਤੀਆਂ ਪੰਜਾਬ ਦੇ ਵਿੱਚ ਸਰਗਰਮ ਨੇ, ਉਹ ਪੰਜਾਬ ਨੂੰ ਕਿਸ ਤਰ੍ਹਾਂ ਦਾ ਮੋੜਾ ਕਟਾਉਣਾ ਚਾਹੁੰਦੀਆਂ ਨੇ, ਉਹ ਚੀਜ਼ ਜਿਹੜੀ ਹੈਗੀ ਆ ਸੰਗਰੂਰ ਦੀ ਜਿਹੜੀ ਬਾਈ ਇਲੈਕਸ਼ਨ ਹੈ ਜਾਂ ਕਹਿ ਲਓ ਕਿ ਜ਼ਿਮਨੀ ਚੋਣ ਹੈ, ਇਹਦੇ ਵਿੱਚੋਂ ਥੋੜ੍ਹਾ 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 ਇਹਦੇ ਵਿੱਚ ਤੁਹਾਨੂੰ ਝਲਕ ਮਿਲੂਗੀ, ਇਹਦੇ ਨੈਣ ਨਕਸ਼ ਜਿਹੜੇ ਹੈਗੇ ਆ ਤੁਹਾਡੇ ਸਾਹਮਣੇ ਆਉਣਗੇ। ਇਹ ਮਤਲਬ ਇੱਕ ਅਹਿਮੀਅਤ ਹੋਊਗੀ ਇਸ ਸੰਗਰੂਰ ਵਾਲੀ ਜਿਹੜੀ ਬਾਈ ਇਲੈਕਸ਼ਨ ਦੀ ਜਾਂ ਜ਼ਿਮਨੀ ਚੋਣ ਦੀ। ਹੁਣ ਹਾਲ ਦੀ ਘੜੀ ਕਹਾਣੀ ਕੀ ਹੈ ਕਿ ਇਹ ਸੀਟ ਵੱਡੇ ਫਰਕ ਦੇ ਨਾਲ ਭਗਵੰਤ ਮਾਨ ਨੇ 19 ਜਿੱਤੀ ਸੀ, ਉਸ ਤੋਂ ਵੱਡੇ ਫਰਕ ਨਾਲ 14 ਦੇ ਵਿੱਚ ਜਿੱਤੀ ਸੀਗੀ। ਤੇ ਇਹ ਏਰੀਆ ਸੰਗਰੂਰ ਵਾਲਾ ਏਰੀਆ ਜਿਹੜਾ ਇਹ ਕਿਹੋ ਜਿਹਾ ਏਰੀਆ ਹੈ? ਹਾਲਾਂਕਿ ਮਾਲਵੇ ਦਾ ਪਿਓਰ ਏਰੀਆ ਪਿਓਰ ਤਾਂ ਠੇਠ ਏਰੀਆ ਤੁਹਾਡੇ ਵਾਲਾ ਬਠਿੰਡਾ ਵੀ ਹੈ, ਪਰ ਇਹ ਜਿਹੜਾ ਫੈਸਲਾ ਕਰਦਾ ਸੰਗਰੂਰ ਕਈ ਵਾਰ ਵੱਖਰਾ ਜਿਹਾ ਫੈਸਲਾ ਕਰਨ 'ਚ ਵੀ ਮਸ਼ਹੂਰ ਆ। ਇਹਨੇ ਸਿਮਰਨਜੀਤ ਸਿੰਘ ਮਾਨ ਨੂੰ ਵੀ ਜਿਤਾਇਆ ਹੋਇਆ, ਇਸ ਹਲਕੇ ਨੇ ਖੱਬੇ ਪੱਖੀਆਂ ਨੂੰ ਵੀ ਜਿਤਾਇਆ ਹੋਇਆ, ਇਸ ਹਲਕੇ ਨੇ ਜਿਹੜਾ ਹੈਗਾ ਇਹ ਮਤਲਬ ਅਲੋਕਾਰੀ ਕੰਮ ਕਰਨ ਦੇ ਵਿੱਚ ਇਹ ਜਿਹੜਾ ਹਲਕਾ ਇਹਦਾ ਇੱਕ ਯੋਗਦਾਨ ਰਹਿੰਦਾ। ਹਾਲਾਂਕਿ ਜਿਹੜੀ ਮਾਸ ਮੂਵਮੈਂਟ ਵੀ ਰਿਹਾ, ਲਿਟਰੇਚਰ ਜਿਹੜਾ ਪੰਜਾਬ ਦਾ ਉਹ ਇੱਥੇ ਜਿਹੜਾ ਬਰਨਾਲਾ ਏਰੀਆ ਦਾ ਉਹ ਪੜ੍ਹ ਚੰਗਾ ਪੜ੍ਹਿਆ ਜਾਂਦਾ, ਖਾਸ ਕਰਕੇ ਪੰਜਾਬੀ ਤੇ ਇਨਕਲਾਬੀ ਕਵੀ ਪਾਤਸ਼ਾਹ ਕਹਿਣਾ ਸੀ ਭਾਈ ਮੈਨੂੰ ਬਠਿੰਡੇ ਤਾਰ ਲਿਓ, ਰਸਤੇ 'ਚ ਬਠਿੰਡੇ ਆ ਬਠਿੰਡਾ ਆ ਗਿਆ ਤਾਂ ਆਪਣਾ ਬਰਨਾਲੇ ਤਾਰ ਦੋ ਬਰਨਾਲੇ ਆ ਗਿਆ। ਨਕਸਲਾਈਟ ਮੂਵਮੈਂਟ ਵਿੱਚ ਵੀ ਯੋਗਦਾਨ ਰਿਹਾ, ਜਦੋਂ ਸਿੱਖ ਮੂਵਮੈਂਟ ਵਿੱਚ ਵੀ ਇਹਦੇ ਵਿੱਚੋਂ ਜਿਹੜਾ ਹੈਗਾ ਕੁਛ ਨਾ ਕੁਛ ਚੀਜ਼ਾਂ ਮਿਲ ਜਾਂਦੀਆਂ ਨੇ। ਤੇ ਸਿਮਰਨਜੀਤ ਸਿੰਘ ਮਾਨ ਨੂੰ ਸਭ ਤੋਂ ਵੱਡੀ ਦਾ ਮਜਾਰਾ ਮੂਵਮੈਂਟ, ਸਭ ਤੋਂ ਵੱਡੀ ਦਾ ਮਜਾਰਾ ਮੂਵਮੈਂਟ ਵੀ ਉਹਦਾ ਜ਼ਿਕਰ ਕਰਨਾ ਵੀ ਆਪਾਂ ਮੁਨਾਸਿਬ ਸਮਝਾਂਗੇ। ਪੰਜਾਬੀ ਵਾਲੀ ਮਜਾਰਾ ਮੂਵਮੈਂਟ ਇੱਥੋਂ ਸਾਨੂੰ ਦਿਖਦੀ ਹੈ, ਠੀਕ ਹੈ? ਮਤਲਬ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਸ ਏਰੀਏ ਦੀਆਂ। ਹੁਣ ਹਾਲ ਦੀ ਘੜੀ ਕੀ ਹੈ, ਆਮ ਆਦਮੀ ਪਾਰਟੀ ਦਾ ਜਿਹੜਾ 3-4 ਮਹੀਨੇ ਦਾ ਕਾਰਗੁਜ਼ਾਰੀ ਹੈ, ਇਹਦੇ ਵਿੱਚੋਂ ਲੋਕਾਂ ਦੀ ਜਿਹੜੀ ਹੈਗੀ ਆ ਇੱਛਾ ਦੇ ਮੁਤਾਬਕ ਰਿਜ਼ਲਟ ਨਹੀਂ ਮਿਲੇ, ਉਹ ਅੱਕੇ ਹੋਏ ਨੇ। ਮੁੱਖ ਮੰਤਰੀ ਉਹਨਾਂ ਨੂੰ ਐਂ ਲੱਗ ਰਿਹਾ ਵੀ ਕਿਤੇ ਨਾ ਕਿਤੇ ਜਿਹੜਾ ਕਿੱਥੇ ਹੋਰ ਪਾਸੇ ਉਹਨੂੰ ਚੁਣਾਵ ਚਲਾਉਣ ਵਾਲਾ ਉਹ ਦਿੱਲੀ ਵਾਲੀ ਹਕੂਮਤ ਹੈ, ਦਿੱਲੀ ਬੈਠਾ ਕੇ ਜਿਹੜੀ ਗੱਲ ਹੈ, ਜਾਂ ਫਿਰ ਵਾਅਦੇ ਜਿਹੜੇ ਵਫਾ ਹੋਏ ਨਹੀਂ ਲੱਗ ਰਹੇ। ਇੱਕ ਤਾਂ ਇਹ ਚੀਜ਼ ਆ, ਦੂਜੀ ਕਾਂਗਰਸ ਪਾਰਟੀ ਆਪਣੀ ਹੋਣ ਦੀ ਲੜਾਈ ਲੜ ਰਹੀ ਹੈ ਉੱਥੇ, ਕਿਉਂਕਿ ਲਗਾਤਾਰ ਵੱਡੇ ਵੱਡੇ ਲੀਡਰ ਛੱਡ ਕੇ ਜਾ ਰਹੇ ਨੇ। BJP ਕੋਸ਼ਿਸ਼ ਕਰ ਰਹੀ ਹੈ ਕਿ ਵੀ ਕਿਉਂ ਨਾ ਇੱਥੇ ਆਪਣੇ ਜਿਹੜੇ ਨਾ ਪੈਰ ਲਾ ਲਏ ਜਾਣ, ਚਲੋ ਜਿੱਤੇ ਨਾ ਸਹੀ ਵੀ ਸਿੱਖ ਚਿਹਰੇ ਪਟਾ ਕੇ ਅਸੀਂ ਅਗਲੀ ਜ਼ਮੀਨ, ਕਿਉਂਕਿ BJP ਕਦੇ ਵੀ ਇੱਕਦਮ ਲੜਾਈ ਜਿੱਤਣ ਦੀ ਮੂਡ 'ਚ ਨਹੀਂ ਹੁੰਦੀ, ਉਹ ਆਪਣਾ ਕੰਮ 10-20 ਸਾਲ ਪਹਿਲਾਂ ਜਿਹੜਾ ਜਿੱਥੇ ਉਹਨੇ ਪਹੁੰਚਣਾ ਉਹਦਾ ਹੋਮਵਰਕ ਹੁਣੇ ਤੋਂ ਕਰਨ ਲੱਗਦੀ ਹੈ। BJP ਖੈਰ ਉਸ ਹੋਮਵਰਕ ਦੇ ਮੂਡ 'ਚ ਹੈ। ਅਕਾਲੀ ਦਲ, ਕਿਉਂਕਿ ਰਾਜਵਾਣੇ ਦੀ ਪੋਲੀਟਿਕਸ ਤਾਂ 2012 ਤੋਂ ਹੀ ਅਕਾਲੀ ਦਲ ਦੇ ਨਾਲ ਸੀਗੀ, ਜੇ ਕਿਸੇ ਨੇ ਪਛਾਣ ਨਹੀਂ ਹੋਵੇ ਤਾਂ, ਤੇ ਉਹ ਹੁਣ ਮਤਲਬ ਅਕਾਲੀ ਦਲ ਨੇ ਵੀ ਦਿਖਾ ਦਿੱਤਾ ਤੇ ਰਾਜਵਾਣੇ ਦੀ ਪੋਲੀਟਿਕਸ ਨੇ ਵੀ ਦਿਖਾ ਦਿੱਤਾ ਵੀ ਅਕਾਲੀ ਦਲ ਹੁਣ ਦੁਬਾਰੇ
ਲੋਕਾਂ 'ਚ ਭਰਮ ਜਾਊਗਾ ਵੀ ਉਹ ਪੰਥਕ ਸਿਆਸਤ ਵੱਲ ਮੋੜਾ ਕੱਟਿਆ। ਪੰਥਕ ਸਿਆਸਤ ਵੱਲ ਨਹੀਂ, ਬਲਕਿ ਜਿੱਥੋਂ ਉਹ ਬੈਕਵਰਡ 'ਤੇ ਚਲਿਆ ਗਿਆ ਉਹ ਪੰਥਕ ਸਿਆਸਤ ਦਾ ਇੱਕ ਦਿਖਾਵਾ ਕਰਕੇ ਦੁਬਾਰੇ ਸੱਤਾ ਵਿੱਚ ਆਉਣ ਜਿਹੜੀ ਹੈਗੀ ਹੈ ਜਾਂ ਦੁਬਾਰੇ ਅੰਗੜਾਈ ਭਰਨ ਦੇ ਮੂਡ ਦੇ ਵਿੱਚ ਹੈ। ਤੇ ਤੀਸਰੀ ਗੱਲ ਸਿਮਰਨਜੀਤ ਸਿੰਘ ਮਾਨ ਦੀ ਹੈ, ਜਿਹੜੇ ਕਿ ਪੰਜਾਬ ਦੇ ਇੱਕ ਤਾਂ ਪੂਰੇ ਪੰਜਾਬ ਦੇ ਸੰਕਲਪ ਨਾਲ ਉਹਨਾਂ ਦਾ ਲੈਣਾ ਦੇਣਾ ਨਹੀਂ ਹੈਗਾ, ਕਿਉਂਕਿ ਉਹਨਾਂ ਦਾ ਪਹਿਲਾ ਜਿਹੜਾ ਰਾਗ ਸੀਗਾ ਉਹ ਸੀ ਖਾਲਿਸਤਾਨ ਵਾਲਾ ਰਾਗ, ਜਿਹੜਾ ਕਿ ਪੂਰੇ ਪੰਜਾਬੀਆਂ ਨੂੰ ਜਿਹੜਾ ਹੈਗਾ ਸੂਟ ਨਹੀਂ ਕਰਦਾ। ਫਿਰ ਉਹਨਾਂ ਨੇ ਵਿੱਚ ਦੀ ਜਿਹੜਾ ਹੈਗਾ ਫੈਡਰਲ ਢਾਂਚੇ ਵਾਲਾ ਰਾਗ ਵੀ ਲਾ ਪਿਆ। 19 ਦੀ ਇਲੈਕਸ਼ਨ 'ਚ ਉਹਨਾਂ ਨੇ ਫੈਡਰਲ ਢਾਂਚੇ ਦੀ ਗੱਲ ਇੱਥੇ ਸੰਗਰੂਰ ਦੀ ਜਿਹੜੀ ਚੋਣ ਦੇ ਵਿੱਚ ਕੀਤੀ ਸੀ, ਉਦੋਂ ਉਹ ਕਾਫੀ ਹਿੰਦੂਆਂ ਦੇ ਨੇੜੇ ਵੀ ਦਿਖਾਈ ਦਿੱਤੇ। ਮੈਂ ਖੁਦ ਜਦੋਂ ਲੋਕ ਸਭਾ ਚੋਣ ਕਵਰ ਕਰਨ ਗਿਆ ਉਹ ਚੀਜ਼ ਦੇਖੀ, ਈਵਨ ਇੱਥੋਂ ਤੱਕ ਕਿ ਉਹ ਭੁਲੇਖੇ ਨਾਲ ਮੈਨੂੰ ਹਿੰਦੂ ਸਮਝ ਬੈਠੇ, ਹਿੰਦੂ ਸਮਝ ਕੇ ਮੇਰੇ ਨਾਲ ਗੱਲਾਂ ਕਰਨ ਲੱਗੇ ਕਿ ਦੇਖੋ ਜੀ ਇੱਕ ਸਾਡੇ ਜਿਹੜਾ ਹੈਗਾ ਮਿੱਤਰ ਹੁੰਦੇ ਸੀ ਉਹਨਾਂ ਮਿੱਤਰਾਂ ਦੇ ਸਾਹਮਣੇ ਹਨਾ ਹਿੰਦੂਆਂ ਦਾ ਘਰ ਹੁੰਦਾ ਸੀ ਉਹ ਬੜੇ ਵਧੀਆ ਸੀ, ਏਦਾਂ ਏਦਾਂ ਦੀਆਂ ਗੱਲਾਂ ਵੀ ਕਰਨ ਲੱਗੇ। ਜਦੋਂ ਮੈਂ ਦੱਸਿਆ ਵੀ ਭਾਈ ਮੈਂ ਤਾਂ ਹਿੰਦੂ ਨਹੀਂ, ਮੈਂ ਤਾਂ ਸਿੱਖ ਪਰਿਵਾਰ ਦੇ ਵਿੱਚੋਂ ਹੀ ਹਾਂ, ਫਿਰ ਮਤਲਬ ਉਹ ਥੋੜਾ ਜਿਹਾ ਉਹਨਾਂ ਦੇ ਨਾਲ ਵਾਲਾ ਬੰਦਾ ਮੁਸਕਰਾ ਵੀ ਪਿਆ ਸੀਗਾ। ਅੱਛਾ ਹੈਗਾ ਅਗਲੀ ਚੀਜ਼ ਹੈਗੀ ਹੈ ਸਿਮਰਨਜੀਤ ਸਿੰਘ ਮਾਨ ਨੂੰ ਜਿਹੜੀ ਹਵਾ ਬਣੀ ਹੋਈ ਹੈ, ਇੱਕ ਜਿਵੇਂ ਪੰਜਾਬ ਦੇ ਵਿੱਚ ਖਾਸ ਤਰ੍ਹਾਂ ਦੀ ਪੋਲੀਟਿਕਸ ਆ ਜਿਹਦੇ ਵਿੱਚ ਤੱਤਾ ਪ੍ਰਵਚਨ ਜਿਹਨੂੰ ਆਪਾਂ ਕਹਿੰਦੇ ਹਾਂ, ਜਿਹਨੂੰ ਕਿ ਕਿਤੇ ਨਾ ਕਿਤੇ ਸਪੋਰਟ ਤਾਂ ਸੈਂਟਰ ਏਜੰਸੀਜ਼ ਕਰਦੀਆਂ ਨੇ, ਚਾਹੇ ਉਹ ਦੀਪ ਸਿੱਧੂ ਵਾਲੇ ਮਾਮਲੇ ਵਿੱਚ, ਚਾਹੇ ਉਹੀ ਬੰਦੇ ਅੱਜ ਕੱਲ੍ਹ ਜਿਹੜਾ ਸਿੱਧੂ ਮੂਸੇਵਾਲੇ ਨੂੰ ਵੀ ਚੱਕਣ ਲੱਗੇ ਨੇ, ਤੇ ਜਿਹਨਾਂ ਮੁੰਡਿਆਂ ਨੂੰ ਸਿਮਰਨਜੀਤ ਸਿੰਘ ਮਾਨ ਮੂੰਹ ਸਿਰ ਮੁੰਨੇ ਵਾਲੇ ਕਹਿੰਦੇ ਸੀ, ਅੱਜ ਕੱਲ੍ਹ ਉਹੀ ਮੁੰਡਿਆਂ ਦੇ ਵੱਲ ਉਹਨਾਂ ਨੂੰ ਲੱਗਦਾ ਕਿ ਇਹਨਾਂ ਦੀ ਕਰਮ ਨਵਾਜੀ ਮੇਰੇ ਤੇ ਹੋ ਸਕਦੀ ਹੈ। ਇੱਕ ਟਰਨਿੰਗ ਪੁਆਇੰਟ ਹੈ ਮਤਲਬ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ, ਹੁਣ ਦੇਖਣਾ ਹੀ ਹੋਏਗਾ ਕਿ ਸਿਮਰਨਜੀਤ ਸਿੰਘ ਮਾਨ ਜਿੱਤਦੇ ਨੇ ਤਾਂ ਇਹਦੇ ਵਿੱਚ ਠੀਕ ਹੈ ਉਹ ਅੱਗੇ ਜਾ ਕੇ ਕੀ ਕਰਨਗੇ ਕੀ ਨਹੀਂ, ਕਿਉਂਕਿ ਐਮ ਪੀ ਨੇ ਕੀ ਕਿੰਨਾ ਕੁ ਹੁੰਦਾ ਆਪਾਂ ਨੂੰ ਪਤਾ ਹੀ ਆ, ਪਰ ਉਹਦੇ ਵਿੱਚ ਇੱਕ ਜਿਹੜੀ ਖਾਸ ਤਰ੍ਹਾਂ ਦੀ ਜਿਹੜੀ ਪੋਲੀਟਿਕਸ ਆ ਜਾਂ ਸਿਆਸਤ ਆ ਉਹ ਆਜ਼ਾਦ ਹੋਏਗੀ, ਤੇ ਸੈਂਟਰ ਵੀ ਹੋਏਗਾ ਕਿ ਦੇਖੋ ਜੀ ਸੰਗਰੂਰ, ਹਾਲਾਂਕਿ ਸੰਗਰੂਰ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਪਹਿਲਾਂ ਵੀ ਜਿੱਤੇ ਨੇ, ਪਰ ਜਿਸ ਤਰ੍ਹਾਂ ਦਾ ਹੁਣ ਸੈਂਟਰ ਮਾਹੌਲ ਬਣਾ ਰਿਹਾ ਉਹ ਕਹੂਗਾ ਕਿ ਦੇਖੋ ਉਰੇ ਜੇ ਤੱਤੇ ਬੰਦੇ ਜਿੱਤਣ ਲੱਗ ਗਏ ਤੇ ਪੰਜਾਬ ਜਿਹੜਾ ਹੀ ਖਤਰੇ ਦੇ ਵਿੱਚ ਹੈਗਾ। ਤੇ ਇਸ ਟਾਈਮ ਤਾਂ ਇਹ ਹੋ ਗਿਆ ਬੀਜੇਪੀ ਆਪਣਾ ਕੰਮ ਕਰ ਹੀ ਰਹੀ ਹੈ, ਇਹ ਅਕਾਲੀ ਦਲ ਲਈ ਵਕਾਰ ਦਾ ਸਵਾਲ ਹੈ ਸੱਤਾ 'ਚ ਕਿਵੇਂ ਵਾਪਸ ਆਉਣਾ, ਜਿਹੜਾ ਕਿ ਉਹਨੇ ਪੰਥਕ ਨੌਟੰਕੀ ਕੀਤੀ ਆ ਆਪ ਲਈ ਆਪਣੀ ਸੀਟ ਨੂੰ ਬਚਾਉਣਾ। ਸੋ ਮੈਂ ਤਾਂ ਇਹ ਚੀਜ਼ ਨੂੰ ਆਏ ਦੇਖਦਾ ਕਿ ਇਹਦੇ ਵਿੱਚ ਪੰਜਾਬ ਦੀ ਜਿਹੜੀ ਅਗਲੀ ਸਿਆਸਤ ਹੈ, ਜੇ ਕੋਈ ਵੀ ਰਿਜ਼ਲਟ ਆਵੇ, ਜੇ ਮੰਨ ਲਓ ਕਿ ਆਪ ਹੀ ਜਿੱਤ ਜਾਂਦੀ ਆ, ਕੁਝ ਲੋਕ ਕਹਿੰਦੇ ਕਿ ਹਾਂ ਕੁਛ ਵੀ ਵਿਰੋਧ ਭਾਵੇਂ ਜਿੰਨਾ ਮਰਜ਼ੀ, ਪਰ ਆਪ ਹਾਲੇ ਸਟਰੋਂਗ ਹੈ, ਪਰ ਹੁਣ ਮਸਲਾ ਇਹ ਹੈਗਾ ਕਿ ਜੇ ਉਹ ਸਟਰੋਂਗ ਵੀ ਹੈਗਾ ਪਰ ਜੇ ਉਹ ਮਾਰਜਨ ਬਹੁਤ ਘੱਟ ਜਾਂਦਾ, ਮੰਨ ਲਓ ਕਿ ਕੋਈ ਵੀ ਦੂਜੇ ਤੀਜੇ ਨੰਬਰ ਵਾਲਾ ਕੈਂਡੀਡੇਟ ਆ ਉਹ ਵੋਟ ਬਹੁਤ ਜ਼ਿਆਦਾ ਲੈ ਜਾਂਦਾ, ਮਾਰਜਨ ਲੱਖਾਂ ਦੀ ਜਗ੍ਹਾ ਤੇ ਸਿਰਫ ਹਜ਼ਾਰਾਂ ਦੇ ਵਿੱਚ ਹੀ ਆ ਜਾਂਦਾ, ਤੇ ਆਪ ਲਈ ਇੱਕ ਚੁਣੌਤੀ ਵੀ ਹੋਏਗੀ ਵੀ ਜਿਹੜੇ ਪੰਜਾਬ ਦੇ ਵਿੱਚ ਤੁਸੀਂ ਸਵੀਪ ਕੀਤਾ ਉਹ ਪੰਜਾਬ ਦੇ ਵਿੱਚ ਜਿਹੜੀ ਇੱਕ ਅਹਿਮ ਸੀਟ ਆ ਭਗਵੰਤ ਮਾਨ ਵਾਲੀ ਸੀਟ ਹੈ, ਉਹ ਸੀਟ ਤੇ ਤੁਹਾਡਾ ਕੀ ਹਾਲ ਹੋਇਆ। ਇਸ ਲਈ ਮੈਨੂੰ ਲੱਗਦਾ ਕਿ ਜਿੱਥੇ ਪਾਰਟੀਆਂ ਲਈ ਵੀ ਜਿਹੜਾ ਇੱਕ ਵਕਾਰ ਦਾ ਸਵਾਲ ਆ, ਉੱਥੇ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਕੀ ਰੁੱਖ ਆਜ਼ਾਦ ਕਰੇਗੀ, ਇਹ ਵੀ ਵੱਡੀ ਗੱਲ ਆ। ਹੁਣ ਵੈਸੇ ਸਵਾਲ ਉੱਠਣ ਲੱਗੇ ਨੇ, ਅੱਜ ਮੀਡੀਆ ਨੇ ਦਿਖਾਇਆ ਨਹੀਂ ਵੀ ਜਿੱਥੇ ਭਗਵੰਤ ਮਾਨ ਗਿਆ ਉੱਥੇ ਬਹੁਤ ਸਾਰੇ ਬੇਰੁਜ਼ਗਾਰ ਅਧਿਆਪਕਾਂ ਨੇ ਵੀ ਪ੍ਰੋਟੈਸਟ ਕੀਤਾ, ਉੱਥੇ ਅੱਜ ਕੱਲ੍ਹ ਭਾਸ਼ਣਾਂ ਦਾ ਰੁੱਖ ਵੀ ਬਦਲਿਆ ਹੋਇਆ। ਅੱਜ ਕੱਲ੍ਹ ਜਿਵੇਂ ਸਿਮਰਨਜੀਤ ਸਿੰਘ ਮਾਨ ਦੀ ਉਹ ਤਲਵਾਰਬਾਜ਼ੀ ਵਾਲੀ ਗੱਲ ਉੱਤੇ ਉਹਨਾਂ ਨੇ ਬਿਆਨ ਦਿੱਤਾ ਹੈਗਾ, ਚਾਹੀਦਾ ਸੀਗਾ ਵੀ ਉਹ ਸਿਮਰਨਜੀਤ ਸਿੰਘ ਮਾਨ ਦੀ ਇਹ ਗੱਲ ਨੂੰ ਇਗਨੋਰ ਕਰਦੇ ਹੋਏ ਦੱਸਣ ਵੀ ਮੈਂ ਕੀ ਕੰਮ ਕੀਤਾ 4 ਮਹੀਨੇ ਦੇ ਵਿੱਚ, ਠੀਕ ਹੈ, ਤੇ 4 ਮਹੀਨੇ 'ਚ ਮੇਰਾ ਰਿਪੋਰਟ ਕਾਰਡ ਕੀ ਆ, ਕਿ ਕਦੇ ਇੱਥੇ ਆਪ ਇਹ ਵੀ ਕਹਿੰਦੇ ਹੁੰਦੇ ਸੀਗੇ ਵੀ ਭਾਈ ਅਗਲੀ ਐਤਕੀ ਵੋਟ ਪਾ ਦਿਓ, ਅਗਲੀ ਵਾਰ ਨਾ ਵੋਟ ਸਾਨੂੰ ਨਾ ਪਾਇਓ, ਸਾਡੇ ਕੰਮ ਨੂੰ ਦੇਖ ਕੇ ਪਾਇਓ, ਜੇ ਕੰਮ ਕੀਤਾ ਹੋਇਆ ਪਾ ਦਿਓ, ਨਹੀਂ ਰਹਿਣ ਦਿਓ। ਹੁਣ ਸਵਾਲ ਹੈ ਕਿ ਭਾਈ ਜੇਕਰ ਇਹੀ ਗੱਲ ਆ ਤਾਂ ਇੰਨੀ ਸਾਰੀ ਜਿਹੜੀ ਭੀੜ ਹੈ ਵੋਟਾਂ ਮੰਗਣ ਲਈ ਕਾਹਤੋਂ ਆ ਰਹੀ ਹੈ, ਬਹੁਤ ਸਾਰੇ ਸਵਾਲ ਨੇ। ਕੁੱਲ ਮਿਲਾ ਕੇ ਅਸੀਂ ਕਹਿ ਸਕਦੇ ਜੀ ਸੰਗਰੂਰ ਵਾਲੀ ਚੋਣ, ਸੰਗਰੂਰ ਵਾਲੀ ਚੋਣ ਪਾਰਟੀਆਂ ਦੀ ਵਕਾਰ ਦੀ ਤਾਂ ਗੱਲ ਹੋਏਗੀ, ਪਰ ਪੰਜਾਬ ਦੀ ਸਿਆਸਤ ਹੈ ਜਿਹੜੀ ਅੱਗੇ ਚੱਲ ਗਈ, ਕਿਉਂਕਿ ਮੇਰੇ ਲਈ ਕੋਈ ਸਵਾਲ ਹੀ ਨਹੀਂ ਵੱਡਾ ਹੈਗਾ ਦਾਨਿਆਲੀ ਸਾਹਿਬ ਜਿਵੇਂ ਖਬਰੀ ਚੈਨਲ ਵੀ ਕੌਣ ਜਿੱਤੂ ਕੌਣ ਨਹੀਂ, ਮੇਰੇ ਲਈ ਸਵਾਲ ਅਗਲਾ ਕਿ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਆਉਂਦੇ ਸਾਲ 2 ਸਾਲ ਦੇ ਵਿੱਚ ਕਿਹੜਾ ਰੁੱਖ ਅਖਤਿਆਰ ਕਰੇਗੀ, ਉਹ ਸ਼ਾਇਦ ਉਹਦਾ ਰੂਪ ਰੰਗ ਥੋੜਾ ਮੋਟਾ ਸੰਗਰੂਰ ਵਾਲੀ ਬਾਈ ਇਲੈਕਸ਼ਨ ਦਿਖਾਏਗੀ। ਉਹਦਾ ਕਾਰਨ ਹੈ ਕਾਂਗਰਸ ਬੀਜੇਪੀ ਅਕਾਲੀ ਤਾਂ ਚੋਣ ਲੜ ਹੀ ਰਹੇ, ਸਿਮਰਨਜੀਤ ਸਿੰਘ ਮਾਨ ਵੀ ਲੜ ਰਿਹਾ। ਸਿਮਰਨਜੀਤ ਸਿੰਘ ਮਾਨ ਜੀ ਦੇ ਉੱਤੇ ਇੱਕ ਧਿਰ ਤਾਂ ਕਹਿੰਦੀ ਹੈ ਕਿ ਸੱਚੇ ਉਹ ਪੰਥ ਪ੍ਰਸਤ ਨੇ, ਦੂਜੀ ਧਿਰ ਕਹਿੰਦੀ ਹੈ ਵੀ ਏਜੰਸੀ ਉਹਨਾਂ ਦੀ ਪਿੱਠ ਦੇ ਉੱਤੇ ਨੇ, ਤੇ ਕੁਛ ਵੀ ਹੈ ਕਾਰਨ ਕੁਛ ਵੀ ਹੈ, ਲੇਕਿਨ ਇੱਕ ਖਾਸ ਤਰ੍ਹਾਂ ਦਾ ਨੈਰੇਟਿਵ ਉਭਰੇਗਾ ਤੇ ਸੰਗਰੂਰ ਦੀ ਸਿਆਸਤ ਕੀ ਕੁਛ ਦਿਖਾਏਗੀ, ਇਹ ਮਤਲਬ ਪੰਜਾਬ ਦੀ ਸਿਆਸਤ ਕਿੱਦਾਂ ਦੀ ਹੋਏਗੀ, ਉਹਦਾ ਚਿਹਰਾ ਮੁੜਾ ਇਹ ਜਿਵੇਂ ਤੁਹਾਨੂੰ ਦੱਸੇਗੀ। ਇੱਕ ਚੀਜ਼ ਜਿਵੇਂ ਆਪਾਂ ਗੱਲ ਕਰੀਏ, ਸਪੋਜ਼ ਕਰੋ ਜਿਵੇਂ ਹੁਣ ਆਪਾਂ ਗੱਲ ਕਰਦੇ ਹਾਂ, ਕਿਤੇ ਨਾ ਕਿਤੇ ਦੇਖੋ ਸਿੱਧੂ ਮੂਸੇਵਾਲੇ ਦੇ ਮਾਮਲੇ ਦੇ ਉੱਤੇ ਲੋਕਾਂ ਦੇ ਵਿੱਚ ਨਾਰਾਜ਼ਗੀ ਹੈ, ਨੌਜਵਾਨਾਂ ਦੇ ਵਿੱਚ ਨਾਰਾਜ਼ਗੀ ਹੈ। ਜੇਕਰ ਆਮ ਆਦਮੀ ਪਾਰਟੀ ਦੀ ਜਿੱਤ ਦੇ ਪਿੱਛੇ ਵੀ ਬਹੁਤ ਵੱਡਾ ਹੱਥ ਜੇਕਰ ਆਖੀਏ ਕਿਸਾਨ ਅੰਦੋਲਨ 'ਚ ਜਿਹੜਾ ਨੌਜਵਾਨਾਂ ਨੂੰ ਸਪਾਰਕ ਕੀਤਾ ਸੀ ਉਹਨਾਂ ਦੀ, ਜੇਕਰ ਸਿੱਧੇ ਤੌਰ 'ਤੇ ਮੈਂ ਮਾਝੇ ਦੀ ਗੱਲ ਕਰਦਾ ਕਿਉਂਕਿ ਮੈਂ ਮਾਝਾ ਬੜਾ ਕਲੋਜ਼ਲੀ ਕਵਰ ਕੀਤਾ, ਮਾਝੇ ਦੇ ਵਿੱਚ ਜਿਹੜੇ ਨੌਜਵਾਨ ਸੀ ਉਹਨਾਂ ਨੇ ਜਿਹੜੀ ਇੱਕ
ਰਿਵੋਲੂਸ਼ਨਰੀ ਜਿਹੜੇ ਵਿਚਾਰ ਉਹ ਉਹਨਾਂ ਨੇ ਵਿੱਚ ਵੜੇ ਸੀਗੇ ਤਾਂ ਉਹ ਸਿਰਫ ਕਿਸਾਨ ਅੰਦੋਲਨ ਤੋਂ ਬਣੇ ਵਿੱਚ ਆਏ ਸੀਗੇ। ਸੋ ਉਹੀ ਗੱਲ ਨੂੰ ਅੱਗੇ ਤੁਰਦੇ ਹੋਏ ਗੱਲ ਕਰਕੇ ਇਹੀ ਹੁਣ ਜਿਹੜੇ ਨੌਜਵਾਨ ਨੇ ਉਹਨਾਂ ਦੀ ਸਭ ਤੋਂ ਵੱਡੀ ਗੱਲ ਨਾਰਾਜ਼ਗੀ ਇਹ ਹੈ ਕਿ ਸਿੱਧੂ ਮੂਸੇਵਾਲਾ, ਦੇਖੋ ਸਿੱਧੂ ਮੂਸੇਵਾਲਾ ਉਹਨਾਂ ਦੇ ਲਈ ਕਹਿੰਦੇ, ਬੇਸ਼ੱਕ ਬੜੇ ਇਹ ਲੋਕ ਨੇ ਜਿਹੜੇ ਕਹਿੰਦੇ ਸੀ, ਮੈਂ ਇੱਥੇ ਅਮਰੀਕਾ ਦੇ ਵਿੱਚ ਵੀ ਗੱਲ ਕਰੀ ਹੈ ਕਿ ਯਾਰ ਪੁੱਤ ਮਾਰਤਾ ਗੱਲ ਪੁੱਤ ਦੀ ਆ ਗਈ, ਪੁੱਤ ਇੱਕ ਇਨਸਾਨ ਚੰਗੇ ਦੀ ਆ ਗਈ, ਉਹ ਕਹਿੰਦੇ ਗਾਇਕੀ ਉਹਦੀ ਜਿਹੋ ਜਿਹੀ ਮਰਜ਼ੀ ਸੀ, ਪਰ ਗੱਲ ਇਹ ਆ ਰਹੀ ਹੈ ਕਿ ਯਾਰ ਕੀ ਇਸੇ ਤਰ੍ਹਾਂ ਮਾਰੇ ਜਾਣਗੇ ਪੰਜਾਬ ਦੇ ਪੁੱਤ, ਕੀ ਪੈਸੇ ਦੀ ਉਗਰਾਹੀ ਲਈ ਮਾਰੇ ਜਾਣਗੇ, ਕੀ ਗੈਂਗਸਟਰ ਜਿਹੜੇ ਆ ਪਤਾ ਨੀ, ਇਹ ਤਾਂ ਚਲੋ ਗੱਲ ਸਾਹਮਣੇ ਆ ਗਈ ਤੇ ਅੰਦਰ ਖਾਤੇ ਕਿੰਨੇ ਕੁ ਤੋਂ ਪੈਸੇ ਗਰਾਉਂਦੇ ਨੇ, ਕੀ ਸਰਕਾਰਾਂ ਅੱਖ ਮੀਚ ਕੇ ਬੈਠੀਆਂ ਨੇ ਪਿਛਲੀਆਂ ਸਰਕਾਰਾਂ ਵੀ ਤੇ ਹੋਣ ਵਾਲੀ ਵੀ, ਇਹ ਕਿਉਂ ਨੀ ਇਹ ਗੱਲਾਂ ਹੋ ਰਹੀਆਂ ਕਿ ਅੰਦਰ ਖਾਤੇ ਜਿਹੜੇ ਪੰਜਾਬ ਦੇ ਲੋਕ ਲੁੱਟੇ ਜਾ ਰਹੇ ਨੇ, ਕਿਉਂਕਿ ਗੱਲ ਇਹ ਸਪਸ਼ਟ ਹੈ ਕਿ ਕਈ ਅਮੀਰ ਡਾਕਟਰ ਨੇ ਜਿਹੜੇ ਉਹਨਾਂ ਨੂੰ ਪ੍ਰੋਟੈਕਸ਼ਨ ਬਣੀ ਬੰਬੇ, ਜਿਵੇਂ ਪ੍ਰੋਟੈਕਸ਼ਨ ਬਣੀ, ਜਿਵੇਂ ਢਿੱਲੋਂ ਸਾਹਿਬ ਕਹਿ ਕੇ ਗਏ ਨੇ ਕਿ ਬੰਬੇ ਦੇ ਵਿੱਚ ਪ੍ਰੋਟੈਕਸ਼ਨ ਬਣੀ, ਐਕਟਰਸ ਤੋਂ ਸ਼ੁਰੂ ਹੋਈ, ਐਕਸਟੋਰਸ਼ਨ ਐਕਟਰ ਤੋਂ ਸ਼ੁਰੂ ਹੋਇਆ, ਹੁਣ ਪ੍ਰੋਟੈਕਸ਼ਨ ਦੇ ਨਾਂ ਦੇ ਉੱਤੇ ਜਿਹੜਾ ਪੈਸਾ ਪੰਜਾਬ ਦੇ ਸਿੰਗਰਸ ਤੋਂ ਤੇ ਇੱਥੋਂ ਦੇ ਬਿਜ਼ਨਸਮੈਨ ਤੋਂ ਲਿਆ ਜਾ ਰਿਹਾ, ਜਿਹੜਾ ਕਿ ਅੰਦਰ ਖਾਤੇ ਕੋਈ ਨਹੀਂ ਬੋਲ ਰਿਹਾ। ਸੋ ਇਹ ਵੀ ਇੱਕ ਬਹੁਤ ਵੱਡੀ ਨਾਰਾਜ਼ਗੀ ਪੰਜਾਬ ਦੇ ਲੋਕਾਂ ਨੂੰ ਜਿਹੜੀ ਹੈ ਉਹ ਸਰਕਾਰ ਦਾ, ਪੰਜਾਬ ਦੇ ਲੋਕਾਂ ਦੀ ਨਾਰਾਜ਼ਗੀ ਪੰਜਾਬ ਨੂੰ ਸਾਹਮਣਾ ਕਰੋ, ਉਹ ਕਿੱਥੇ ਕਦੇ ਟਿੱਕੀ ਹੋਈ ਹੈ। ਨੌਜਵਾਨਾਂ ਦੀ ਨਾਰਾਜ਼ਗੀ ਦਿਖ ਰਹੀ ਹੈ, ਕੋਈ ਸ਼ੱਕ ਨੀ, ਐਤਕੀ ਇੱਕ ਨਵੀਂ ਚੀਜ਼ ਵੀ ਦੇਖਣ ਵਾਲੀ ਹੈ ਜਾਂ ਦੇਖਣ ਵਾਲੀ ਹੋਏਗੀ। ਵੈਸੇ ਤਾਂ ਆਪਣੇ ਪੰਜਾਬ ਵਾਲੀ ਵਿਧਾਨ ਸਭਾ ਇਲੈਕਸ਼ਨ ਚ ਵੀ ਸੀ ਕਿ ਯੂਥ ਹੈ ਨਾ, ਜਿਹੜਾ ਯੂਥ ਆਪ ਵੱਲ ਸੀਗਾ, ਭਾਵੇਂ ਉਹ ਮਤਲਬ ਕੁਛ ਸਮੇਂ ਉੱਤੇ ਉਹ ਸਿਮਰਨਜੀਤ ਸਿੰਘ ਮਾਨ ਵੱਲ ਹੋਇਆ, ਉਹ ਹੋਇਆ ਮਤਲਬ ਜਿੱਥੇ ਸਿੱਧੂ ਜਗਦੀਪ ਸਿੱਧੂ ਦੇ ਜਿਹੜੇ ਫੈਨ ਵਗੈਰਾ ਸੀਗੇ ਉਹਦੇ ਨਾਲ ਮਾਨ ਦਾ ਮਾਰਜਨ ਵੀ ਵਧਿਆ ਉਹਨਾਂ ਉਹਨਾਂ ਇਲਾਕਿਆਂ ਦੇ ਵਿੱਚੋਂ। ਤੇ ਹੁਣ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ, ਕਿਉਂਕਿ ਉਹ ਇੱਕ ਵੱਖਰਾ ਵਿਸ਼ਾ ਵੀ ਸਾਡੀ ਯੂਥ ਹੈ, ਉਹਦੇ ਆਈਕਨ ਕਿੱਦਾਂ ਦੇ ਨੇ ਹੋਰ, ਪਰ ਸਿੱਧੂ ਮੂਸੇਵਾਲੇ ਦੀ ਜਿਹੜੀ ਮੌਤ ਹੈ ਉਹਦੇ ਨਾਲ ਲੋਕਾਂ ਦਾ ਲੋਕਾਂ ਨੂੰ ਆਪਣਾ ਬੱਚੇ ਨੌਜਵਾਨਾਂ ਨੂੰ ਆਪਣਾ ਆਦਰਸ਼ ਮੰਨਦੇ ਸੀ, ਨੌਜਵਾਨ ਉਹਨੂੰ ਆਪਣਾ ਹੀਰੋ ਮੰਨਦੇ ਸੀ, ਉਹਨਾਂ ਨਾਲ ਉਹਨਾਂ ਦੇ ਹਿਰਦੇ ਬਲੋਂਦਰੇ ਗਏ ਨੇ ਤੇ ਉਹਦਾ ਜਿਹੜਾ ਇੱਕ ਨੁਕਸਾਨ ਹੋਏਗਾ। ਤੇ ਇਸ ਇਲੈਕਸ਼ਨ ਚ ਇੱਕ ਚੀਜ਼ ਹੋਰ ਹੈ, ਯੂਥ ਜਿਹਦੇ ਬਾਰੇ ਆਮ ਤੌਰ ਤੇ ਲੱਗਦਾ ਸੀ ਵੀ ਯੂਥ ਜਿਹੜਾ ਨਾ ਥੋੜਾ ਜਿਹਾ ਉਦਾਸ ਹੋ ਜਾਂਦਾ ਇਸ ਪੋਲਿਟਿਕਸ ਦੇ ਵਿੱਚੋਂ, ਉਹ ਕਈ ਵਾਰ ਉਹਨੂੰ ਗੰਦੀ ਕਹਿ ਕੇ ਗਾਲਾਂ ਕਰ ਦਿੰਦਾ, ਪਰ ਕਦੇ ਉਹਦੀ ਆਪਣੀ ਵੋਟਾਂ ਵਿੱਚ ਜਿਹੜੀ ਸਹਿਭਾਗਤਾ ਉਹ ਉਸ ਰੂਪ ਚ ਨਹੀਂ ਦਿਖਦੀ ਜਿਹੜੀ ਦਿਖਣੀ ਚਾਹੀਦੀ ਹੈ। ਤੇ ਕੀ ਐਤਕੀ ਜਿਹੜਾ ਹੈਗਾ ਉਹਦਾ ਇੱਕ ਇਹ ਤਾਂ ਹੈਗਾ ਵੀ ਜੇ ਯੂਥ ਯੂਨਾਈਟ ਹੁੰਦਾ ਇਸ ਹਲਕੇ ਦੇ ਵਿੱਚੋਂ ਤਾਂ ਉਹ ਆਪ ਦਾ ਨੁਕਸਾਨ ਹੋਏਗਾ ਕਿ ਨਾ ਹੋਏਗਾ ਦੇਖਣਾ ਬਣਦਾ। ਪਰ ਇਹਦੇ ਵਿੱਚ ਇੱਕ ਨਵੀਂ ਚੀਜ਼ ਆ ਰਹੀ ਹੈ, ਉਹ ਆ ਰਹੀ ਹੈਗੀ ਆ ਕਿ ਯੂਥ ਦੀ ਇੱਕ ਭਾਗੀਦਾਰੀ ਆ ਰਹੀ ਹੈ ਇਹਦੇ ਵਿੱਚ, ਚੋਣ ਜਿਹੜੀ ਹੈਗੀ ਆ ਇਲੈਕਸ਼ਨ ਦੇ ਵਿੱਚ। ਪਰ ਹੁਣ ਸਵਾਲ ਇੱਕ ਨਾਲ ਦੀ ਨਾਲ ਹੋਰ ਯੂਥ ਵੱਲ ਵੀ ਹੈ ਕਿ ਉਹਦੀ ਜਿਹੜੀ ਇਹ ਭਾਗੀਦਾਰੀ ਆ ਰਹੀ ਹੈ ਉਹ ਕਿਸ ਦਿਸ਼ਾ ਵੱਲ ਵਹਿੰਦੀ ਹੈ, ਉਹਦਾ ਉਹਦਾ ਵਿਚਾਰ ਧਾਰਕ ਧਰਾਤਲ ਕੀ ਹੈ। ਕਿਉਂਕਿ ਇੱਕ ਐਂਗਲ ਇਹ ਵੀ ਹੈ ਵੀ ਠੀਕ ਹੈ ਵੀ ਸਿੱਧੂ ਮੂਸੇਵਾਲਾ ਜਿਹੜੀ ਆ ਦੂਜੀ ਇਲੈਕਸ਼ਨ ਸੀ ਵਿਧਾਨ ਸਭਾ ਦੀ ਉਹਦੇ ਵਿੱਚ ਵੱਡੇ ਫਰਕ ਨਾਲ ਹਾਰਿਆ ਵੀ, ਹਾਲਾਂਕਿ ਫੈਨ ਉਦੋਂ ਵੀ ਉਹਦੇ ਬਹੁਤ ਸੀਗੇ, ਪਰ ਜਿਹੜੀ ਹੁਣ ਵੱਧ ਤੋਂ ਵੱਧ ਇੱਕ ਜਜ਼ਬਾਤੀ ਇੱਕ ਸਾਂਝ ਜਿਹੜੀ ਬਣੀ ਹੈਗੀ ਆ ਉਹ ਜਜ਼ਬਾਤੀ ਸਾਂਝ ਆਪ ਇੱਥੇ ਸਵਾਲਾਂ 'ਚ ਹੈਗੀ ਹੈ। ਕਿਉਂਕਿ ਜਿਵੇਂ ਸੁਰੱਖਿਆ ਹਟਾਈ ਗਈ, ਸੁਰੱਖਿਆ ਦਾ ਪ੍ਰਚਾਰ ਕੀਤਾ ਗਿਆ ਵੀ ਅਸੀਂ ਆ ਦੇਖੋ ਬਹੁਤ ਵੱਡਾ ਕੰਮ ਕਰ ਦਿੱਤਾ ਵੀ ਇੰਨੇ ਬੰਦਿਆਂ ਤੋਂ ਸੁਰੱਖਿਆ ਹਟਾ ਦਿੱਤੀ ਗਈ, ਉਹ ਤੋਂ ਤੁਰੰਤ ਕੁਝ ਦਿਨਾਂ ਬਾਅਦ ਜਿਹੜਾ ਹੈਗਾ ਉਹਦਾ ਕਤਲ ਹੋ ਜਾਂਦਾ। ਇਹ ਉਹ ਸਵਾਲ ਨੇ ਜਿਹਦੇ ਤੋਂ ਆਪ ਸ਼ਾਇਦ ਜੇ ਬਚਣਾ ਵੀ ਚਾਹੇ ਤਾਂ ਬਚ ਨਹੀਂ ਸਕਦੀ ਹੈਗੀ। ਇਸ ਕਰਕੇ ਇਹਦਾ ਇੱਕ ਫਰਕ ਇਹ ਇਲੈਕਸ਼ਨ ਦੇ ਵਿੱਚ ਪਏਗਾ, ਪਰ ਇਹਦੇ ਵਿੱਚ ਨਵਾਂ ਇਹੀ ਤਾਂ ਹੀ ਮੈਂ ਇੱਕ ਸ਼ਬਦ ਬੋਲਿਆ ਕਿ ਜਿਹੜਾ ਮੈਂ ਤੀਜੀ ਚੌਥੀ ਵਾਰ ਰਿਪੀਟ ਕਰ ਰਿਹਾ ਕਿ ਸੰਗਰੂਰ ਵਾਲੀ ਜਿਹੜੀ ਹੈਗੀ ਹੈ ਚੋਣ ਆ ਪੰਜਾਬ ਦਾ ਰੂਪ ਰੰਗ ਦੱਸੇਗੀ। ਕਿਉਂਕਿ ਇਹਦੇ ਵਿੱਚ ਬਹੁਤ ਕੁਛ ਹੈ, ਇਹਦੇ ਵਿੱਚ ਇੱਕ ਐਂਗਲ ਯੂਥ ਵਾਲਾ ਵੀ ਹੈ ਵੀ ਉਹ ਜਿਹੜੀ ਯੂਥ ਹੈ ਉਹ ਆਪਣਾ ਜਿਹੜਾ ਕੀ ਫੈਸਲਾ ਕਰਦੀ ਹੈ ਜਿਹੜੀ ਕਿ ਆਮ ਕਰਕੇ ਮੰਨੀ ਜਾਂਦੀ ਰਹੀ ਹੈ ਵੀ ਵੋਟਾਂ ਦੀ ਸਹਿਭਾਗਤਾ 'ਚ ਉਦਾਸੀ। ਤੇ ਸਿੱਧੂ ਮੂਸੇਵਾਲੇ ਦੀ ਗੱਲ ਨੂੰ ਅੱਗੇ ਤੋਰਦੇ ਆ ਤੇ ਉਹਨਾਂ ਦਾ ਜਿਹੜਾ ਉਹਦੀ ਜਾਂਚ ਚੱਲ ਰਹੀ ਉਹਨਾਂ ਦੇ ਕਤਲ ਦੀ ਉਹ ਕਿੱਥੇ ਕੁ ਤੱਕ ਪਹੁੰਚੀ, ਕੀ ਸਟੇਟਸ ਹੈ ਜੀ ਉਹਦਾ? ਹੁਣ ਦੇਖੋ ਕੁਛ ਦਿਨਾਂ ਤੋਂ ਕਈ ਸਾਰੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ। ਇੱਕ ਖਬਰੀ ਚੈਨਲ ਦੀ ਜਿਹੜੀ ਰਿਪੋਰਟ ਜੋ ਸਾਡੇ ਸਾਹਮਣੇ ਆ ਰਹੀ ਜੀ Hello. Hello. ਆਪਣਾ ਸੰਪਰਕ ਕੱਟਿਆ ਗਿਆ ਸੀ ਜੀ।
ਆਪਣਾ ਸੰਪਰਕ ਕੀਤਾ ਗਿਆ ਸੀ ਬੰਨਿਆਂ ਨੂੰ ਸਾਹਿਬ ਇਹ ਚੱਕਰ ਸੀ ਤੇ ਮੈਂ ਗੱਲ ਕਰ ਰਿਹਾ ਸੀ ਸਿੱਧੂ ਮੂਸੇਵਾਲੇ ਦੇ ਮਾਮਲੇ ਤੋਂ ਤੁਹਾਡਾ ਸਵਾਲ ਸੀ ਵੀ ਕੋਈ ਨਵਾਂ ਕੁਛ ਇਹਦੇ ਵਿੱਚ ਖੁਲਾਸਾ ਹੋਇਆ ਜਾਂ ਕੁਛ ਨਵੀਂ ਗੱਲ ਹੋਈ ਹੈ ਤੇ ਹੁਣ ਸਟੇਟਸ ਰਿਪੋਰਟ ਜੋ ਸਾਹਮਣੇ ਆਈ ਹੈ ਸਟੇਟਸ ਰਿਪੋਰਟ ਵਿੱਚ ਪੰਜਾਬ ਪੁਲਿਸ ਨੇ ਵੀ ਲਾਰੈਂਸ ਨੂੰ ਜਿਹੜਾ ਸੀ ਮਾਸਟਰ ਮਾਇੰਡ ਮੰਨਿਆ ਤੇ ਪੰਜਾਬ ਪੁਲਿਸ ਨੇ 4 ਸ਼ਾਰਪ ਸ਼ੂਟਰ ਨੇ ਜਿਹੜੇ ਉਹਨਾਂ ਦੀ ਪਛਾਣ ਕੀਤੀ ਹੈ ਹੁਣ ਤੱਕ ਕਤਲ ਦੇ ਵਿੱਚ 10 ਮੁਲਜ਼ਮ ਗ੍ਰਿਫਤਾਰ ਹੋਏ ਨੇ ਇਹ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਵੀ ਲਾਰੈਂਸ ਨੂੰ ਮਾਸਟਰ ਮਾਇੰਡ ਆਹੀ ਇੱਕ ਇਹਦੇ ਵਿੱਚ ਚੜੀ ਵਿੱਚ ਹੁਣ ਜਿਹੜਾ ਸਿੱਧੂ ਮੂਸੇਵਾਲਾ ਕਤਲਕਾਂਡ ਦੀ ਜਿਹੜੀ ਸਟੇਟਸ ਰਿਪੋਰਟ ਦੇ ਵਿੱਚ ਇਹ ਨਿਊਜ਼ 18 ਨੇ ਆਪਣੇ ਵੱਲੋਂ ਖੁਲਾਸਾ ਕੀਤਾ ਇਹਦੇ ਵਿੱਚ ਪੰਜਾਬ ਪੁਲਿਸ ਨੇ ਵੀ ਜਿਹੜਾ ਲਾਰੈਂਸ ਨੂੰ ਵੀ ਮਾਸਟਰ ਮਾਇੰਡ ਮੰਨਿਆ ਆਹ ਇੱਕ ਨਵੀਂ ਹੈ ਜਨਵਰੀ ਮਹੀਨੇ ਦੇ ਵਿੱਚ ਕਤਲ ਦੇ ਕੇਸ ਦੇ ਵਿੱਚ ਇਹ ਸਾਜਿਸ਼ ਰੱਖੀ ਗਈ ਸੀ ਦੱਸਿਆ ਜਾ ਰਿਹਾ SIT ਕੇਂਦਰ ਦੀ ਏਜੰਸੀਆਂ ਨਾਲ ਮਿਲ ਕੇ ਜਿਹੜਾ ਕੰਮ ਕਰ ਰਹੀ ਹੈ ਇਸ ਮੁੱਦੇ ਦੇ ਉੱਤੇ ਹਾਲੇ ਹੋ ਜੀ ਜੀ ਬਿਲਕੁਲ ਤੇ ਹੁਣ ਆਪਾਂ ਗੱਲ ਕਰਦੇ ਹਾਂ ਤਾਂ ਆਪਣੇ ਸ਼ਵਿੰਦਰ ਜੀ ਜਿਹੜੇ ਤਫਸੀਲ ਨਾਲ ਗੱਲ ਕਰੀਏ ਤਾਂ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਉਹ ਨਜ਼ਰ ਆ ਰਿਹਾ ਤੁਹਾਨੂੰ ਆਪਣੇ ਰਾਸ਼ਟਰਪਤੀ ਜੀ ਦੀ ਚੋਣ ਦਾ ਰਾਸ਼ਟਰਪਤੀ ਚੋਣ ਲਈ ਨਾ ਤਸਵੀਰਾਂ ਹੋ ਰਹੀਆਂ ਅੱਜ ਰਾਜਨਾਥ ਸਿੰਘ ਨੇ ਕੋਸ਼ਿਸ਼ ਕੀਤੀ ਵੀ ਸਾਂਝਾ ਚੋਣ ਲਿਆ ਜਾਵੇ ਜਿਹਦੇ ਵਿੱਚ ਵਿਰੋਧੀ ਧਿਰਾਂ ਸ਼ਾਮਿਲ ਹੋਣ ਤੇ ਕੋਈ ਸਾਂਝਾ ਜਿਹਾ ਬੰਦਾ ਹੋਵੇ ਪਰ ਕੁਝ ਲੋਕਾਂ ਦਾ ਕਹਿਣਾ ਵੀ ਸਾਂਝੇ ਬੰਦੇ ਵਿੱਚ ਵੀ ਇਹ ਕੋਸ਼ਿਸ਼ ਕਰ ਸਕਦੇ ਨੇ ਕਿ ਕੋਈ ਸੰਘ ਦਾ ਬੰਦਾ ਹੋਵੇ ਕਿਉਂਕਿ ਇਹਨੂੰ ਇੱਕ ਐਂਗਲ ਇਹ ਵੀ ਦਿੱਤਾ ਜਾ ਰਿਹਾ ਕਿ 2025 ਦੇ ਵਿੱਚ RSS ਨੂੰ 100 ਸਾਲ ਹੋ ਜਾਣੇ ਆਪਣੇ ਨੂੰ ਤੇ 100 ਸਾਲ ਦਾ ਕਿਤੇ ਗਿਫਟ ਦੇਣ ਦੀ ਕੋਸ਼ਿਸ਼ ਨਾ ਹੋਵੇ ਪਰ ਦੂਜੇ ਕਿ ਐਂਗਲ ਇਹ ਵੀ ਜੇਕਰ ਮੰਨ ਲਓ ਵੀ ਤੁਸੀਂ ਸਾਂਝਾ ਬੰਦਾ ਚਾਹੁੰਦੇ ਹੋ ਤਾਂ ਉਹ ਲਿਬਰਲ ਕਿਸਮ ਦਾ ਹੀ ਹੋਏਗਾ ਜਿਹਦੇ ਜੇ ਉਹਦੇ ਵਿੱਚ ਤੁਸੀਂ ਵਿਰੋਧੀ ਪਾਰਟੀਆਂ ਦੇ ਸ਼ਮੂਲੀਅਤ ਚਾਹੁੰਦੇ ਆ ਵਿਰੋਧੀ ਪਾਰਟੀਆਂ ਨੇ ਕੁਝ 2-3 ਨਾਂ ਦੱਸੇ ਨੇ ਉਹਦੇ ਵਿੱਚ ਫਾਰੂਕ ਅਬਦੁੱਲਾ ਦਾ ਵੀ ਨਾਂ ਹੈਗਾ ਉਹਨੂੰ ਸ਼ਾਇਦ ਹੋ ਸਕਦਾ BJP ਜੋ ਹਲਕ ਵਿੱਚ ਨਾ ਲੰਘੇ ਸ਼ਰਦ ਪਵਾਰ ਦਾ ਨਾਂ ਰੈਕਮੈਂਡ ਕੀਤਾ ਸੀ ਸ਼ਰਦ ਪਵਾਰ ਖੁਦ ਪਿੱਛੇ ਹਟ ਗਏ ਪਿਛਲੀ ਵਾਰ ਵੀ ਸ਼ਰਦ ਪਵਾਰ ਦਾ ਨਾਂ ਆਇਆ ਸੀ ਜਿਹੜਾ ਉਹ ਹਾਰਨ ਵਾਲੀ ਗੇਮ ਨਹੀਂ ਖੇਡ ਸਕਦਾ ਤੁਹਾਨੂੰ ਪਤਾ ਵੀ ਜਿਹੜੀ ਰਾਸ਼ਟਰਪਤੀ ਦੀ ਇਲੈਕਸ਼ਨ ਹੈ ਰਾਸ਼ਟਰਪਤੀ ਦੀ ਇਲੈਕਸ਼ਨ ਦੇ ਵਿੱਚ ਸੂਬਿਆਂ ਦੀਆਂ ਵਿਧਾਨ ਸਭਾਵਾਂ ਤੇ ਵਿਧਾਨ ਪਰਿਸ਼ਦ ਦੇ ਮੈਂਬਰਾਂ ਦੀ ਵੋਟ ਪੈਂਦੀ ਆ ਹਾਲਾਂਕਿ ਉਹ ਵੋਟ ਜਿਹੜੀ ਅਨੁਪਾਤਕ ਅਨੁਸਾਰ ਪੈਂਦੀ ਆ ਅਨੁਪਾਤਕ ਜਿਹੜੀ ਜਿਸ ਹਜ਼ਾਰ ਦੇ ਮਗਰ ਇੱਕ ਵੋਟ ਜਾਂ 100 ਦੇ ਮਗਰ ਇੱਕ ਵੋਟ ਮੰਨੀ ਜਾਂਦੀ ਆ ਉਹ ਇੱਕੋ ਇੱਕ ਲੰਮਾ ਹਿਸਾਬ ਆ ਉਹ ਕਦੇ ਮੈਂ ਤੁਹਾਨੂੰ ਸਮਝਾਵਾਂਗਾ ਜਦੋਂ ਇਹ ਇਲੈਕਸ਼ਨ ਹੋਏਗੀ ਉਸ ਤਰ੍ਹਾਂ ਉਦੋਂ ਤਫਸੀਲ ਸਮਝਾਵਾਂਗਾ ਕਿਉਂਕਿ ਉਹ ਜਿਹੜਾ ਮੈਥ ਮੇਰਾ ਵੀ ਵੀਕ ਆ ਇਸ ਕਰਕੇ ਤੁਹਾਨੂੰ ਚੰਗੀ ਤਰ੍ਹਾਂ ਮੈਂ ਉਹਦੇ ਇੱਕ ਡਿਟੇਲ ਕੱਢ ਕੇ ਦੱਸਾਂਗਾ ਜਦੋਂ ਇਲੈਕਸ਼ਨ ਹੋ ਹਟੀ ਉਦੋਂ ਤੇ ਜਾਂ 18 ਤਰੀਕ ਨੂੰ ਇਲੈਕਸ਼ਨ ਆ ਉਦੋਂ ਸਮਝਾ ਦਿਆਂਗੇ ਆਪਾਂ ਤੇ ਅੱਛਾ ਦੂਸਰੀ ਚੀਜ਼ ਹੈਗੀ ਹੈ ਕਿ ਹੁਣ ਸਵਾਲ ਇਹ ਹੈਗਾ ਵੀ ਹਾਲ ਦੀ ਘੜੀ ਜਿਹੜੀ ਸੂਈ ਇੱਥੇ ਅਟਕੀ ਹੋਈ ਹੈ ਕਿ ਜਿਹੜਾ ਸਾਂਝਾ ਉਮੀਦਵਾਰ ਜਿਹੜਾ ਹੈਗਾ ਕਿਹੜਾ ਹੋਵੇ ਛੇਤੀ ਮਤਲਬ ਮੈਨੂੰ ਲੱਗਦਾ ਵੀ ਹੋ ਸਕਦਾ ਅੱਜ ਰਾਤ ਤੱਕ ਕੋਈ ਖਬਰ ਆ ਜਾਏ ਜੀ ਤੇ ਇੱਕ ਬੜੀ ਚਰਚਾ ਹੋ ਰਹੀ ਹੈ ਸਭ ਤੋਂ ਵੱਡੀ ਉਹ ਚਰਚਾ ਹੋ ਰਹੀ ਹੈ ਜੀ ਵੀਡੀਓ ਦੀ ਇੱਕ ਦੀ ਇਹ ਵੀਡੀਓ ਉਮਰ ਖਾਲਿਦ ਦੀ ਵੀਡੀਓ ਹੈ ਜੀ ਸੋ ਇਹ ਕਿਹੜੀ ਵੀਡੀਓ ਸੀ ਇਹਦੇ ਬਾਰੇ ਗੱਲ ਕਰੋ ਇਹ ਕਿਹੜੇ ਜਿਹੜੀ ਹੈ ਇਹਦੇ ਬਾਰੇ ਕੀ ਅਪਡੇਟ ਆ ਰਹੀ ਹੈ ਕਾਫੀ ਚਰਚਾ ਹੋ ਰਹੀ ਹੈ ਉਮਰ ਖਾਲਿਦ ਦੇ ਮਤਲਬ ਨਾ ਕਈ ਚੈਨਲਾਂ ਨੇ ਨਾ ਇੱਕ ਵਾਜਾਬ ਕਿਸਮ ਦਾ ਕੰਮ ਕੀਤਾ ਹੈਗਾ ਉਹ ਇੱਕ ਵਾਜਾਬ ਕਿਸਮ ਦਾ ਕੰਮ ਤਾਂ ਵੈਸੇ ਕਰਨ ਲੱਗੇ ਹੋਏ ਨੇ ਲਗਾਤਾਰ ਇਹ ਸਾਡੇ TV ਚੈਨਲ ਨੇ ਇਹਨਾਂ ਨੂੰ ਫਟਕਾਰਾਂ ਵੀ ਪੈਂਦੀਆਂ ਹੁਣ ਇੱਕ ਫਟਕਾਰ ਹੋਰ ਪੈ ਗਈ ਹੈ ਉਹ ਕੀ ਹੈ ਕਿ ਨਿਊਜ਼ ਬ੍ਰੋਡਕਾਸਟਿੰਗ ਐਂਡ ਡਿਜੀਟਲ ਸਟੈਂਡਰਡਸ ਅਥਾਰਟੀ ਹੈ ਜਿਹਨੂੰ ਆਪਾਂ ਛੋਟੇ ਸ਼ਬਦਾਂ ਦੇ ਵਿੱਚ NBDSA ਕਹਿੰਦੇ ਆ ਉਹਨੇ ਸੋਮਵਾਰ ਨੂੰ ਜਿਹੜਾ ਹੈਗਾ 13 ਜੂਨ ਨੂੰ ਜਿਹੜਾ ਮੀਡੀਆ ਜਿਹੜੇ ਜਿੰਨੇ ਪ੍ਰਸਾਰਣ ਨਾਲ ਸੰਬੰਧਿਤ 4 ਹੁਕਮ ਜਾਰੀ ਕੀਤੇ ਨੇ ਇਹ ਕੀ ਸੀਗੇ ਇਹ ਸੀਗੇ ਕਿ ਰਿਪੋਰਟ ਦੇ ਅਨੁਸਾਰ ਜਿਹਦੇ ਵਿੱਚ ਜ਼ੀ ਨਿਊਜ਼ ਜ਼ੀ ਹਿੰਦੁਸਤਾਨ ਇਹਨਾਂ ਨੂੰ ਤੇ ਨਿਊਜ਼ 18 ਵੀ ਸ਼ਾਮਲ ਆ ਇਹਨਾਂ ਦੇ ਕੁਝ ਪ੍ਰਸਾਰਣਾਂ ਨੂੰ ਗਲਤ ਜਾਣਕਾਰੀ ਦੇਣ ਦੇ ਲਈ ਤੇ ਤੱਥਾਂ ਨਾਲ ਛੇੜਖਾਨੀ ਕਰਨ ਕਰਕੇ ਕਿਹਾ ਕਿ ਤੁਹਾਡੇ ਜਿਹੜੇ ਤਰੀਕੇ 'ਚ ਗੜਬੜ ਹੈ ਤੁਸੀਂ ਆਪਣੀਆਂ ਜਿਹੜੀਆਂ ਵੀਡੀਓ ਦਿਖਾਈਆਂ ਨੇ ਇਹਨਾਂ ਨੂੰ ਝੱਟ ਹਟਾ ਲਓ ਕਿਉਂਕਿ ਇਹਦੀ ਜਾਣਕਾਰੀ 3-4 ਦਿਨ ਪਹਿਲਾਂ ਇਹਨਾਂ ਨੇ ਨਿਰਦੇਸ਼ ਕੱਢਿਆ ਪਰ ਸਾਹਮਣੇ ਹੁਣ ਆਈ ਹੈ ਤੇ ਸਾਬਕਾ ਜਿਹੜਾ ਨਿਊਜ਼ ਬ੍ਰੋਡਕਾਸਟਿੰਗ ਸਟੈਂਡਰਡ ਅਥਾਰਟੀ ਹੈ ਉਹਦੇ ਸਾਹਮਣੇ ਵਿੱਚ ਜਿਹੜਾ ਹੈਗਾ ਸਮੇਂ ਦਰਮਿਆਨ ਜਿਹੜਾ ਇਕਾਈ ਹੈ ਇਹਦੇ ਪ੍ਰਧਾਨ ਸੁਪਰੀਮ ਕੋਰਟ ਦੇ ਜਿਹੜੇ ਹੈਗੇ ਸਾਬਕਾ ਜੱਜ AK ਸਿਕਰੀ ਨੇ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਜਿਹੜੀ ਸ਼ਿਕਾਇਤਾਂ ਆਈਆਂ ਸੀ ਕਿ ਅਸੀਂ ਜਿਹੜਾ ਫੈਸਲਾ ਕੀਤਾ ਵੀ ਆ ਜਿੰਨੇ ਵੀ ਚੈਨਲ ਹੈ ਇਹਨਾਂ ਨੇ ਉਮਰ ਖਾਲਿਦ ਦੇ ਮਾਮਲੇ ਵਿੱਚ ਇਸ ਵੀਡੀਓ ਦੇ ਮਾਮਲੇ ਵਿੱਚ ਜਿੰਨੀਆਂ ਵੀ ਇੱਕ ਮੀਡੀਆ ਦੀ ਜਿਹੜੀਆਂ ਹੈਗੀਆਂ ਨੈਤਿਕਤਾ ਆਪਾਂ ਕਹਿੰਦੇ ਹਾਂ ਉਹਨੂੰ ਛਿੱਕੇ ਤੇ ਟੰਗਿਆ ਹੈਗਾ ਤੇ ਨਾਲ ਦੀ ਨਾਲ ਹੀ
ਵੀਡੀਓ ਨੂੰ ਹਟਾਉਣ ਦਾ ਨਿਰਦੇਸ਼ ਦਿੱਤਾ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਕਿਸਾਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਰ ਰਹੇ ਸੀ। ਉਦੋਂ ਤੁਸੀਂ ਜਿਹੜਾ ਹੈਗਾ ਖਾਲਿਸਤਾਨੀ ਕਿਹਾ ਜਾਂ ਇਹਦੇ ਨਾਲ ਹੀ ਜਿਹੜਾ ਤੁਸੀਂ ਹੋਰ ਜਿਹੜੇ ਅੰਦੋਲਨ ਹੋਏ ਨੇ ਉਹਦੇ ਮਾਮਲੇ ਵਿੱਚ ਵੀ ਉਮਰ ਖਾਲਦ ਦਾ ਵੀ ਮੀਡੀਆ ਟ੍ਰਾਇਲ ਕੀਤਾ ਗਿਆ ਕਿਉਂਕਿ 3 ਨਵੰਬਰ 2020 ਦੇ ਵਿੱਚ ਜਦੋਂ ਇਹ ਜਿਹੜਾ ਤਮਾਮ ਮਾਮਲੇ ਸਾਹਮਣੇ ਆਏ ਉਹਦੇ ਵਿੱਚ ਵੀ ਜਿਹੜਾ ਇੱਕ ਦਾਇਰ ਅਰਜ਼ੀ ਦੇ ਵਿੱਚ ਜਿਹੜਾ ਜਿਹੜੇ ਦਿੱਲੀ ਦੇ ਹਿੰਸਾ ਹੋਈ ਸੀ ਉਹਦੇ ਵਿੱਚ ਵੀ ਉਮਰ ਦੀਆਂ ਵੀਡੀਓ ਨੂੰ ਇਹਨਾਂ ਨੇ ਤੁਸੀਂ ਆਪਣੇ ਢੰਗ ਨਾਲ ਤੜਕਾ ਲਾ ਕੇ ਦਿਖਾਇਆ। ਸੋ ਉਹਨਾਂ ਨੂੰ ਹਟਾਉਣ ਦਾ ਕਿਹਾ ਤੇ ਸਵਾਲ ਤਾਂ ਹੈ ਨਾ ਵੀ ਉਹੀ ਵੀਡੀਓ ਦੇ ਆਧਾਰ ਦੇ ਉੱਤੇ ਤੇ ਇਹਦੇ ਵਿੱਚ ਇੱਕ ਚੀਜ਼ ਸਮਝਣ ਵਾਲੀ ਹੈ ਸਰਕਾਰ ਦੇ ਪੱਖ 'ਚ ਜਿਹੜਾ ਮੀਡੀਆ ਆਪਣੀ ਬੋਲੀ ਬੋਲ ਕੇ ਇੱਕ ਖਾਸ ਕਿਸਮ ਦਾ ਮਾਹੌਲ ਬਣਾਉਂਦਾ ਜਿਹਨੂੰ ਆਪਾਂ ਮੀਡੀਆ ਟ੍ਰਾਇਲ ਕਹਿੰਦੇ ਹਾਂ ਤੇ ਫਿਰ ਉਸ ਤੋਂ ਬਾਅਦ ਵਿੱਚ ਉਸੇ ਮਾਹੌਲ ਦੇ ਆਧਾਰ ਦੇ ਉੱਤੇ ਸਰਕਾਰ ਕਾਰਵਾਈ ਕਰਦੀ ਆ। ਇਹ ਮੀਡੀਆ ਦਾ ਸਰਕਾਰ ਕੀ ਕਰਨਾ ਚਾਹੁੰਦੀ ਹੈ ਸਰਕਾਰ ਦੀ ਇੱਛਾ ਕੀ ਹੈ ਮੀਡੀਆ ਨੂੰ ਪਤਾ ਕਿਉਂਕਿ ਉਹਦੀ ਗੋਦੀ 'ਚ ਬੈਠਾ ਹੋਇਆ ਉਹਦੇ ਆਧਾਰ 'ਤੇ ਉਹ ਆਪਣੀ ਪੱਤਰਕਾਰੀ ਕਰਦੀ ਹੈ ਫਿਰ ਉਸੇ ਪੱਤਰਕਾਰੀ ਦੇ ਆਧਾਰ ਦੇ ਉੱਤੇ ਪੁਲਿਸ ਦਾ ਕਾਨੂੰਨ ਦਾ ਸਹਾਰਾ ਲੈ ਕੇ ਉਸ ਤਰ੍ਹਾਂ ਦੇ ਐਕਟਿਵਿਸਟਾਂ ਨੂੰ ਤੰਗ ਕੀਤਾ ਜਾਂਦਾ। ਇਹ ਚੀਜ਼ ਦੁਬਾਰਾ ਸਾਬਤ ਹੋ ਰਹੀ ਹੈ ਜੀ। ਇਹ ਤਾਂ ਗੋਦੀ ਮੀਡੀਆ ਦੀ ਹੋ ਗਈ ਪਰ ਮੈਂ ਕਹਿੰਦਾ ਜਿਹੜਾ ਸਾਡਾ ਇੱਕ ਹੋਰ ਮੀਡੀਆ ਪੰਜਾਬ ਦਾ ਮੀਡੀਆ ਵੀ ਉਹਦੇ ਵੀ ਬੜੀ ਜਿਹੜੀ ਹੈ ਉਹਨੇ ਬੜੀ ਬਦਖੋਹੀ ਕੀਤੀ ਹੈ। ਦੇਖੋ ਵੀ ਕਿਸ ਢੰਗ ਦੇ ਨਾਲ ਲਾਰੈਂਸ ਬਿਸ਼ਨੋਈ ਦੀ ਉਹਨਾਂ ਨੇ ਰਿਪੋਰਟਿੰਗ ਕੀਤੀ ਮਗਰ ਲੱਗ ਲੱਗ ਕੇ ਤੇ ਸ਼ਾਇਦ ਪੁਲਿਸ ਨੇ ਜਿਹੜਾ ਇੱਥੋਂ ਤੱਕ ਕਿ ਮੈਨੂੰ ਤਾਂ ਇਹ ਲੱਗਦਾ ਸੀ ਪੁਲਿਸ ਕਿਤੇ ਇਹਨਾਂ ਤੇ ਡੰਡਾ ਪਰੇਡ ਨਾ ਕਰਦੇ ਕਿਉਂਕਿ ਹਰੇਕ ਹੀ ਬੰਦਾ ਕੈਮਰਾ ਚੱਕ ਕੇ ਉੱਥੇ ਪਹੁੰਚ ਗਿਆ ਸੀ। ਆਏ ਕਰੋ ਜੀ ਅਗਲੀ ਵਾਰ ਜੇ ਆਪਣੀ ਗੱਲ ਹੁੰਦੀ ਹੈ ਇੱਕ ਸ਼ਬਦ ਆਪਾਂ ਵੀ ਕੱਢ ਲਈਏ ਕਿਉਂਕਿ ਆ ਜਿਹੜਾ ਗੋਦੀ ਮੀਡੀਆ ਸ਼ਬਦ ਰਵੀਸ਼ ਕੁਮਾਰ ਨੇ ਕੱਢਿਆ ਸੀਗਾ ਉਹ ਬਹੁਤ ਪਾਪੂਲਰ ਹੋ ਗਿਆ ਪਰ ਆਪਾਂ ਪੰਜਾਬ ਲਈ ਹੁਣ ਗੋਦੀ ਮੀਡੀਆ ਰੱਖੀ ਜਾਂ ਨਵਾਂ ਮੀਡੀਆ ਕੋਈ ਰੱਖ ਲਓ ਇੱਕ ਤਾਂ ਹੋ ਗਿਆ ਚੱਕ ਲਓ ਧਰ ਲਓ ਮੀਡੀਆ ਤੇ ਇੱਕ ਘਨੇਰੇ ਚੜਿਆ ਮੀਡੀਆ ਹੋ ਗਿਆ ਇੱਕ ਬਾਕੀ 2-3 ਸ਼ਬਦ ਤੁਸੀਂ ਕੱਢ ਲਓ ਆਪਾਂ ਮੋਹਰ ਲਾ ਦਾਂਗੇ ਫਿਰ ਉਹਦੇ ਉੱਤੇ ਵੀ ਜਿਹੜਾ ਸੋਹਣਾ ਲੱਗਦਾ ਫਿਰ ਉਹਨੂੰ ਵਰਤਾਂਗੇ ਉਹ ਸ਼ਬਦ ਜੋ ਸੌਖਾ ਹੋ ਜੂ ਕਿਉਂਕਿ ਜਦੋਂ ਇੱਦਾਂ ਦੇ ਵੀਡੀਓ ਨੂੰ ਯਾਦ ਕਰਨਾ ਹੋਵੇ ਨਾ ਪੰਜਾਬ ਦੇ ਨੂੰ ਖਬਰ ਕਿਹੜੀ ਦੇਖੀਏ ਹੈ ਜੀ ਸਾਡਾ ਜਿਹੜਾ ਬੁਰਾ ਹਾਲ ਹੋਇਆ ਪਿਆ। ਬਸ ਇਹਦੇ ਵਿੱਚ ਇਹੀ ਹੈ ਜੇ ਤੁਸੀਂ ਹੁਣ ਬੈਠੇ ਹੋ ਵਿਦੇਸ਼ੀ ਧਰਤੀ ਤੇ ਇੱਥੇ ਬਹੁਤ ਸਾਰੇ ਸਾਡੇ ਜਿਹੜੇ ਭਰਾ ਨੇ ਉਹਨਾਂ ਕੋਲ ਪੰਜਾਬ ਨਾਲ ਜੁੜਨ ਦਾ ਇੱਕ ਢੰਗ ਹੁੰਦਾ ਉਹ ਹੈਗਾ ਆਨਲਾਈਨ ਮੀਡੀਆ ਡਿਜੀਟਲ ਮੀਡੀਆ ਫੇਸਬੁੱਕ ਵਗੈਰਾ। ਬਸ ਇਹਨਾਂ ਨੂੰ ਇੱਕ ਬੇਨਤੀ ਕਰ ਦਿਓ ਮੇਰੇ ਵੱਲੋਂ ਵੀ ਕਰ ਦਿਓ ਮੈਨੂੰ ਵੀ ਮਾੜਾ ਮੋਟਾ ਪਿਆਰ ਕਰਦੇ ਹੋ ਕਿ ਇੱਕ ਜਿਹੜਾ ਹੈਗਾ ਇੱਕ ਉਪਕਰਨ ਨਾ ਦੇਖੋ ਮਤਲਬ ਫੋਰ ਐਗਜ਼ਾਮਪਲ ਸਵਰਨ ਸਿੰਘ ਦਾਨੇਵਾਲੀ ਅਤੇ ਸ਼ਵਿੰਦਰ ਨੂੰ ਸੁਣਿਆ ਇਹ ਸੁਣ ਕੇ ਬਸ ਨਹੀਂ ਕਰ ਜਾਣਾ ਫਿਰ 3-4 ਜਗ੍ਹਾ ਹੋਰ ਵੀ ਪੜਤਾਲ ਕਰ ਲਓ ਤੇ ਏਦਾਂ ਦਾ ਮੀਡੀਆ ਵਾ ਨਾ ਜਿਹੜਾ ਨਿੱਕੀ ਨਿੱਕੀ ਗੱਲ ਤੇ ਦੱਸ ਰਿਹਾ ਵੀ ਹੁਣ ਇੱਥੇ ਪੁਲਿਸ ਲੈ ਗਈ ਉਹਨੂੰ ਫਲਾਣੇ ਸਮੇਂ ਲੈ ਗਈ ਉਹਨੂੰ ਦੇਖਣਾ ਬੰਦ ਕਰ ਦਿਓ ਇੱਕ ਤੁਹਾਡਾ ਟੇਸਟ ਖਰਾਬ ਹੋ ਰਿਹਾ ਇੱਕ ਤੁਹਾਨੂੰ ਸੱਚੀ ਮੁੱਚੀ ਜਿਹੜਾ ਤੁਹਾਨੂੰ ਸੂਖਮ ਬੰਦਾ ਰਹਿਣ ਹੀ ਨਹੀਂ ਦਿੰਦਾ ਹੈਗਾ ਇਸ ਤਰ੍ਹਾਂ ਦੇ ਮੀਡੀਆ ਦਾ ਬਾਈਕਾਟ ਕਰੋ ਤੇ ਜੇ ਥੋੜ੍ਹਾ ਜਿਹਾ ਅਥੈਂਟਿਕ ਲੱਗਦਾ ਉਹਨੂੰ ਵੀ 3-4 ਵਾਰ ਚੈੱਕ ਕਰ ਦਿਓ ਉਸ ਤਰ੍ਹਾਂ ਦੇ ਜੇ ਅਥੈਂਟਿਕ ਤੁਹਾਨੂੰ 3-4 ਮੀਡੀਆ ਗਰੁੱਪ ਪੰਜਾਬੀ 'ਚ ਲੱਗਦੇ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਸੁਣ ਲਓ ਤੇ ਥੋੜ੍ਹਾ ਜਿਹਾ ਆਪ ਵੀ ਕ੍ਰੋਸ ਚੈੱਕ ਕਰੋ ਫਿਰ ਮੈਨੂੰ ਲੱਗਦਾ ਸਹੀ ਜਾਣਕਾਰੀ ਤੁਹਾਡੇ ਥੱਲੇ ਪੈ ਜੂਗੀ। ਪਰ ਗੱਲ ਕੀ ਹੈ ਜੀ ਚੱਜ ਦੀ ਚੀਜ਼ ਤਾਂ ਪੌਪ ਅਪ ਹੀ ਨਹੀਂ ਹੁੰਦੀ ਜਿਹੜੇ ਆਹ ਚੱਕ ਲਓ ਧਰ ਲਓ ਵਾਲੇ ਆ ਨਾ ਹੈਂਜੀ ਇਹ ਇਹਨਾਂ ਦੀਆਂ ਵੀਡੀਓ ਕਿਉਂਕਿ ਇਹਨਾਂ ਦੇ ਤੁਹਾਨੂੰ ਵੀ ਪਤਾ ਵੀ ਫੇਸਬੁੱਕ ਤੇ ਯੂਟਿਊਬ ਤੇ ਇਹਨਾਂ ਦੇ ਵੱਧ ਚੱਲਦੀਆਂ ਤਾਂ ਇਹਨਾਂ ਦੀ ਰੈਵਨਿਊ ਵੀ ਜਨਰੇਟ ਹੁੰਦਾ ਉਹਨਾਂ ਦਾ ਬਿਜ਼ਨਸ ਆ ਜਿਹੜੀ ਕੰਮ ਦੇ ਬੰਦੇ ਨੇ ਉਹ ਤਾਂ ਬਹੁਤ ਪਿੱਛੇ ਪਿੱਤੇ ਨੇ ਉਹ 3-3 ਦਿਨ ਤੱਕ ਹੀ ਨਹੀਂ ਆਉਂਦੀ। ਚਲੋ ਪਰ ਉੱਧਰ ਜੇ ਆਪਾਂ ਯੂਪੀ ਦੀ ਗੱਲ ਕਰੀਏ ਯੂਪੀ ਦੇ ਵਿੱਚ ਜਿਹੜੀ ਤੋੜ ਫੋੜ ਹੋਈ ਆ ਉਹਦੇ ਵਿੱਚ ਮੁਆਵਜ਼ੇ ਦੀ ਵਕਾਲਤ ਕੀਤੀ ਹੈ ਕਹਿੰਦੇ ਸਾਬਕਾ ਜੱਜ ਨੇ। ਹਾਂ ਇੱਕ ਤੁਹਾਡੀ ਗੱਲ ਦੇ ਵਿੱਚ ਹੀ ਮੈਂ ਐਡ ਕਰਦੇ ਹਾਂ ਇਹਦੇ ਵਿੱਚ ਨਾ ਇੱਕ ਚੇਨ ਹੋਰ ਬਣ ਸਕਦੀ ਹੈ ਜੇ ਇੱਦਾਂ ਦੇ ਮੀਡੀਆ ਨੂੰ ਮਜ਼ਬੂਤ ਕਰਨਾ। ਉਦਾਹਰਣ ਦੇ ਤੌਰ ਤੇ ਤੁਸੀਂ ਗਏ ਹੋਏ ਹੋ ਯੂਐਸ ਤੇ ਗਏ ਹੋਏ ਹੋ ਜੀ ਥੋੜੇ ਉਹਨੇ 5 ਹਾਂਜੀ ਸਵਰਨ ਸਿੰਘ ਦਾਨੇਵਾਲੀ ਦਾ ਜਿਹੜਾ ਰੇਡੀਓ ਆ ਉਹ ਬੜਾ ਵਧੀਆ ਰੇਡੀਓ ਹੈਗਾ ਤੇ ਉਹ 5 ਕੀ ਕਰ ਸਕਦੇ ਉਹਨਾਂ ਦਾ ਘੱਟੋ ਘੱਟ 5 ਜਾਂ 50 ਬੰਦਿਆਂ ਨਾਲ ਲਿੰਕ ਤਾਂ ਹੋਊਗਾ ਇਕੱਲੇ ਇਕੱਲੇ ਬੰਦੇ ਦਾ ਉਹ 50 ਬੰਦੇ ਨੂੰ ਦੱਸ ਸਕਦੇ ਨੇ ਕਿ ਉਹ ਦੱਸ ਸਕਦੇ ਨੇ ਵੀ ਸਵਰਨ ਸਿੰਘ ਦਾਨੇਵਾਲੀ ਦਾ ਇੱਕ ਰੇਡੀਓ ਆ ਬੜਾ ਵਧੀਆ ਕੰਮ ਕਰਦਾ ਬਾਈ ਸੁਣ ਲਓ ਤੇ ਉਹ 50 ਅੱਗੋਂ ਆਪਣੇ ਪਿਆਰ ਨੂੰ ਦੱਸਣ ਕਿ ਤਾਂ ਚੇਨ ਬਣਦੀ ਹੁੰਦੀ ਆ ਆਲਟਰਨੇਟ ਮੀਡੀਆ ਦੀ ਤੇ ਇਹੀ ਇਹਦਾ ਢੰਗ ਹੈਗਾ ਕਿਉਂਕਿ ਅਸੀਂ ਉਸ ਤਰ੍ਹਾਂ ਮਸ਼ਹੂਰੀ ਨਹੀਂ ਕਰ ਸਕਦੇ ਹੈਗੇ ਜਿੱਦਾਂ ਉਹ ਬੰਦੇ ਕਰ ਸਕਦੇ ਨੇ। ਹੁਣ ਆਉਣੇ ਤੁਹਾਡੇ ਪੁੱਛੇ ਹੋਏ ਸਵਾਲ ਦੇ ਉੱਤੇ ਯੂਪੀ ਦੇ ਵਿੱਚ ਜਿਹੜਾ ਸਾਰਾ ਤੋੜ ਫੋੜ ਹੋਇਆ ਇੱਕ ਡਰਾਮਾ ਹੋਇਆ ਅੱਜ ਕੱਲ੍ਹ ਪਤਾ ਨਹੀਂ ਦੁਸ਼ਮਣ ਨੂੰ ਸਬਕ ਸਿਖਾਉਣਾ ਵਿਰੋਧੀ ਵਿਚਾਰਾਂ ਵਾਲੇ ਨੂੰ ਖਾਸ ਕਰ ਮੁਸਲਮਾਨ ਭਾਈਚਾਰੇ ਨੂੰ ਤਾਂ ਘਰ ਤੋੜ ਦਿਓ ਜੀ ਇਹ ਹਾਲਾਂਕਿ ਕੋਈ ਕਿਸਾਨ ਕਿਸੇ ਨੇ ਤੋੜ ਦਿੱਤਾ ਜਾਵੇ ਇਹਦੇ ਬਾਰੇ ਸਾਰੇ ਕਿਤੇ ਚੁੱਪ ਰਹੀ ਹੋਈ ਆ ਜਿਵੇਂ ਉਹ
ਗੁਰਬਾਣੀ ਕਹਿੰਦੀ ਹੈ ਕਿ ਕੋਈ ਹਰਿਆ ਫੁੱਟ ਰਿਹਾ ਹੋ ਰਹੀ, ਕੋਈ ਮਤਲਬ ਦਿਖ ਹੀ ਨਹੀਂ ਰਿਹਾ ਕੋਈ ਜਿਹੜਾ ਆਵਾਜ਼ ਉਠਾਵੇ ਜਾਂ ਕਦੇ 80-60 ਦੇ ਵਿੱਚ ਜਸਵੰਤ ਸਿੰਘ ਕੰਵਲ ਕਹਿੰਦਾ ਸੀ ਵੀ ਇਹਨਾਂ ਵਿੱਚੋਂ ਉੱਠੇ ਕੋਈ ਸੂਰਮਾ, ਤੇ ਉਹ ਕੋਈ ਸੂਰਮਾ ਦਿਖ ਨਹੀਂ ਰਿਹਾ, ਗਾਹੇ ਬਣਾਏ ਕਦੇ ਕਦੇ ਕੋਈ ਆਵਾਜ਼ ਆਉਂਦੀ ਹੈ, ਉਦੋਂ ਲੱਗਦਾ ਕਿ ਸ਼ਾਇਦ ਠੰਡੀ ਹਵਾ ਦਾ ਬੁੱਲਾ ਆਇਆ। ਇਸ ਸਮੇਂ ਜਿਹੜਾ ਇਲਾਹਾਬਾਦ ਹਾਈ ਕੋਰਟ ਦੇ ਮੁੱਖ ਜੱਜ, ਸਾਬਕਾ ਮੁੱਖ ਜੱਜ ਰਹੇ ਹੋਏ ਗੋਬਿੰਦ ਮਾਥੁਰ, ਉਹਨੇ ਸੋਮਵਾਰ ਨੂੰ ਜਿਹੜਾ ਇੱਕ ਆਪਣੇ ਇੰਟਰਵਿਊ ਦੇ ਵਿੱਚ ਕਿਹਾ ਕਿ ਜੋ 10 ਜੂਨ ਨੂੰ ਕਾਰਵਾਈ ਹੋਈ ਜਾਵੇਦ ਮੁਹੰਮਦ ਦੇ ਘਰ ਦੇ ਉੱਤੇ, ਉਹ ਇੱਕ ਗੈਰ ਕਾਨੂੰਨੀ ਹੈ, ਇੱਕ ਗਲਤ ਹੈ, ਕੋਈ ਉਹਦਾ ਜਿਹੜਾ ਕਾਨੂੰਨੀ ਅਧਾਰ ਨਹੀਂ, ਉਹ ਸ਼ਰਮਸਾਰ ਕਰਨ ਵਾਲੀ ਹੈ। ਇਸ ਕਰਕੇ ਮੁਹੰਮਦ ਜਿਹੜਾ ਵੈਲਫੇਅਰ ਪਾਰਟੀ ਐਂਡ ਆਫ ਇੰਡੀਆ ਦੇ ਨੇਤਾ ਵਾ, ਤੇ ਉਹਦੀ ਬੇਟੀ ਹੈ ਆਫਰੀਨ ਫਾਤਿਮਾ, ਉਹਨਾਂ ਉਹ ਸਟੂਡੈਂਟ ਕਾਰਕੁਨ ਨੇ, ਉਹਨਾਂ ਦੇ ਘਰ ਦੇ ਵਿੱਚ ਜੋ ਗੰਦ ਪਾ ਮੀਡੀਆ ਵਿੱਚ ਕਹਾਣੀਆਂ ਬਣਾਈਆਂ ਗਈਆਂ, ਇਹ ਜ਼ਿੰਦਨਯੋਗ ਗੈਰ ਕਾਨੂੰਨੀ, ਤੇ ਉਹ ਇਸ ਲਈ ਉਹਨੂੰ ਮੁਆਵਜ਼ਾ ਮਿਲਣਾ ਚਾਹੀਦਾ ਉਸ ਪਰਿਵਾਰ ਨੂੰ। ਜੀ ਸੋ ਹੋਰ ਕੁਛ ਅਪਡੇਟ ਜੀ ਜਾਣ ਤੋਂ ਪਹਿਲਾਂ? ਬਸ ਇੱਕ ਇਸੇ ਤਰ੍ਹਾਂ ਦਾ ਇੱਕ ਹੋਰ ਕੰਮ ਹੋਇਆ, ਆ ਜਿਹੜਾ ਮੁਹੰਮਦ ਸਾਹਿਬ ਤੋਂ ਬਾਅਦ ਇਹਨਾਂ ਨੇ ਉਹਦੀ ਪ੍ਰਤੀਕਿਰਿਆ ਆਉਣੀ ਤਾਂ ਸੰਭਾਵਨਾ ਸੀ ਜਦੋਂ ਤੁਸੀਂ ਮੁਹੰਮਦ ਸਾਹਿਬ ਦੇ ਬਾਰੇ ਬਕਵਾਸ ਕਰੋਗੇ, ਪਰ ਇਹਦੇ ਬਹਾਨੇ ਜਿਹੜਾ ਆਰ ਐਸ ਐਸ ਦਾ ਲੁੰਗ ਲਾਣਾ, ਬਜਰੰਗ ਦਲੀਆਂ ਦਾ ਲੁੰਗ ਲਾਣਾ, ਉਹ ਗੰਦ ਪਾ ਰਿਹਾ ਤੇ ਉਹਦੀ ਵੀ ਸਰਕਾਰ ਉਹਦੇ ਨਾਲ ਖੜੀ ਹੈ। ਇਹਨਾਂ ਨੇ ਕੇਰਲ ਦੇ ਵਿੱਚ ਵੀ ਕੇਰਲ ਦੀ ਇੱਕ ਮਸਜਿਦ ਨੂੰ ਵੀ ਜਿਹੜਾ ਨੋਟਿਸ ਭੇਜਿਆ ਵੀ ਇੱਥੇ ਜੀ ਕੋਈ ਫਿਰਕੂ ਕਾਰਵਾਈ ਨਾ ਹੋਵੇ, ਤੇ ਕਰਨਾਟਕ ਸਰਕਾਰ ਨੇ ਬੜੀ ਇਮਾਨਦਾਰੀ ਤੇ ਸਿਆਣਸ ਨਾਲ ਕੰਮ ਲੈਂਦੇ ਕਿਹਾ ਕਿ ਦੇਖੋ ਏਦਾਂ ਦੇ ਨੋਟਸ ਭੇਜਣੇ ਫਾਲਤੂ ਗੱਲਾਂ, ਤੇ ਇਹ ਜਿਹੜੇ ਨੋਟਿਸ ਜਿਹੜਾ ਭੇਜਿਆ ਗਿਆ ਇਹਨੂੰ ਸਮਝ ਗਈਆਂ। ਸੋ ਇਹ ਝਗੜੇ ਵਾਲਾ ਕੰਮ ਆ, ਮੈਨੂੰ ਲੱਗਦਾ ਜਿਹੜੀਆਂ ਹੋਰ ਸੂਬਾ ਸਰਕਾਰਾਂ ਨੇ ਉਹਨਾਂ ਨੂੰ ਵੀ ਜਿਹੜਾ ਸੈਂਟਰ ਗਵਰਨਮੈਂਟ ਵੱਲੋਂ ਇਹ ਜੇ ਸੋਚ ਰਾਹੀਂ ਕੀਤੇ ਹੋਏ ਕੰਮ ਆ ਉਹਨਾਂ ਨੂੰ ਫਿਟਕਾਰਨਾ ਚਾਹੀਦਾ ਤੇ ਆਪਣੇ ਘਰ ਨੂੰ ਪੱਕਾ ਰੱਖਣਾ ਚਾਹੀਦਾ। ਸੋ ਬਹੁਤ ਬਹੁਤ ਸ਼ੁਕਰੀਆ ਸ਼ਵਿੰਦਰ ਜੀ, ਤੁਹਾਡਾ ਮਿਹਰਬਾਨੀ। ਮੁਲਾਕਾਤ ਕਰ ਸਕਦੇ ਹੋ, ਮੁਲਾਕਾਤ ਕਰਨ ਦੇ ਲਈ ਤੁਹਾਨੂੰ ਪੈਨਸਲੇਵੀਆ ਦੇ ਵਿੱਚ ਹਿਲਟਨ ਸਟਰੀਟ ਐਸਟਨ ਦੇ ਵਿੱਚ। ਸੋ ਤੁਸੀਂ ਬਾਈ ਜੀ ਨਿਰਮਲ ਸਿੰਘ ਹੋਰੀ ਨੇ ਮੇਰੇ ਨਾਲ ਇਸ ਵਕਤ ਉਹਨਾਂ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ, ਤੇ ਤੁਸੀਂ ਉਹਨਾਂ ਦਾ ਨੰਬਰ ਵੀ ਲੈ ਲਓ ਜਿਹੜੇ ਵੀਰ ਉਹਨਾਂ ਨੂੰ ਜਾਣਦੇ, 610-972-9080 ਦੇ ਉੱਤੇ ਤੁਸੀਂ ਬਾਈ ਜੀ ਨਿਰਮਲ ਸਿੰਘ ਹੋਰਾਂ ਨਾਲ ਬੈਥਲਮ ਦੇ ਵਿੱਚ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਬਾਈ ਜੀ ਚਰਨਜੀਤ ਸਿੰਘ ਜਿਹੜੇ ਨੇ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਉੱਥੇ ਆਪਣੇ ਲੌਂਗ ਆਈਲੈਂਡ ਦੇ ਉੱਤੇ। ਸੋ ਲੌਂਗ ਆਈਲੈਂਡ ਦੇ ਉੱਤੇ ਤੁਸੀਂ ਮਿਲਾਂਗੇ ਜੀ 222 ਸਟਰੀਟ ਗੁਰਦੁਆਰਾ ਸਾਹਿਬ ਵਿਖੇ ਜੀ, ਸਿੱਖ ਸੈਂਟਰ ਕੁਈਨਸ ਵਿਲੇਜ ਦੇ ਵਿੱਚ, ਤੇ ਉੱਥੇ ਬਾਈ ਚਰਨਜੀਤ ਸਿੰਘ ਸਮਰਾ ਹੋਰਾਂ ਦਾ ਨੰਬਰ ਹੈ 5167175795 ਦੇ ਉੱਤੇ, 5167175795 ਦੇ ਉੱਤੇ ਸੰਪਰਕ ਕਰ ਸਕਦੇ ਹੋ। ਤੇ ਮੇਰਾ ਨੰਬਰ ਹੈ ਜੀ 6612180098। ਤੇ ਉਮੀਦ ਕਰਦੇ ਹਾਂ ਕਿ ਅਗਲੇ ਹਫਤੇ ਜਾਂ ਜੂਨ ਦੇ ਐਂਡ ਜੇ ਦੇ ਵਿੱਚ ਆਪਾਂ ਮੁਲਾਕਾਤ ਹੋਏਗੀ ਸੈਕਰੀਮੈਂਟੋ ਦੇ ਵਿੱਚ, ਤੁਸੀਂ ਉੱਥੇ ਸੰਪਰਕ ਕਰ ਸਕਦੇ ਹੋ। ਤੇ ਸੰਪਰਕ ਕਰਨ ਦੇ ਲਈ ਤੁਸੀਂ, ਮੈਂ ਤੁਹਾਨੂੰ ਪ੍ਰੀਤ ਜੀ ਦਾ ਨੰਬਰ ਦਿੰਦਾ, ਤੇ ਤੁਸੀਂ ਪ੍ਰੀਤ ਜੀ ਨਾਲ ਸੰਪਰਕ ਕਰ ਲਓ, ਉਹ ਸੈਕਰੀਮੈਂਟੋ ਦੇ ਵਿੱਚ ਜਿਹੜਾ ਉਹਨਾਂ ਵੱਲੋਂ ਪ੍ਰੋਗਰਾਮ ਜਿਹੜਾ ਉਲੀਕਿਆ ਜਾ ਰਿਹਾ, ਤੇ ਇਹਦੇ ਵਿੱਚ ਜਿਹੜਾ ਤੁਸੀਂ ਉਹਨਾਂ ਦੇ ਨਾਲ ਇੱਕ ਮਿੰਟ ਹੋਲਡ ਕਰੋ, ਮੈਂ ਤੁਹਾਨੂੰ ਹੁਣੇ ਹੀ ਪ੍ਰੀਤ ਜੀ ਦਾ ਨੰਬਰ ਦਿੰਦਾ 209-612-3126 ਜਿਹੜਾ ਮੰਟੀਕਾ ਦੇ ਵਿੱਚ, ਪ੍ਰੀਤ ਜੀ ਨਾਲ ਸੰਪਰਕ ਕਰ ਲਓ, ਸੈਕਰੀਮੈਂਟੋ ਦੇ ਵਿੱਚ ਵੀ ਇਕੱਠ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਫਿਰ ਮਿਲਾਂਗੇ ਜੀ ਸੈਟਲ ਦੇ ਵਿੱਚ, ਸੈਟਲ ਦੇ ਵਿੱਚ ਤੁਸੀਂ ਬਾਈ ਜੀ ਬਲਵੀਰ